ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ। ਮੈਂ ਤੁਹਾਡਾ ਦੋਸਤ ਇੱਕਰ ਫਿਰ ਤੋਂ ਹਾਜ਼ਰ ਹਾਂ। ਅੱਜ ਜਿਹੜੇ ਸਟੂਡੈਂਟ ਵੀਜ਼ਾ ਐਕਸਪਰਟ ਮੇਰੇ ਨਾਲ ਨੇ, ਅੱਜ ਦੇ ਐਪੀਸੋਡ ਵਿੱਚ ਜਿਹੜੇ ਚਰਚਾ ਕਰਨਗੇ, ਉਹਨੇ ਅੰਮ੍ਰਿਤਪਾਲ ਸਿੰਘ ਸੈਟਲਿੰਗ ਅਬਰੋਡ ਤੋਂ। ਸੋ ਕੈਨੇਡਾ ਅਤੇ ਆਸਟ੍ਰੇਲੀਆ ਅੱਜ ਦਾ ਵਿਸ਼ਾ ਰਹੇਗਾ। ਜਿਹੜੇ ਵੀ ਵਿਦਿਆਰਥੀ ਇਹਨਾਂ ਦੋਵੇਂ ਕੰਟਰੀਜ਼ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ, ਉਹ ਸਾਡੇ ਨਾਲ ਜੁੜੇ ਰਹਿਣਗੇ। ਕੋਈ ਵੀ ਸਵਾਲ ਤੁਹਾਡੇ ਮਨ ਵਿੱਚ ਆਉਂਦਾ, ਨੋਟ ਕਰਕੇ ਰੱਖ ਸਕਦੇ ਹੋ। ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਦਿਖਾਏ ਜਾ ਰਹੇ ਨੰਬਰਾਂ ਦੇ ਉੱਤੇ ਕਾਲ ਕਰਕੇ ਗੱਲਬਾਤ ਕੀਤੀ ਜਾ ਸਕਦੀ। ਸਟੂਡੈਂਟ ਵੀਜ਼ਾ ਸੰਬੰਧੀ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਹਾਨੂੰ ਦਿੱਤਾ ਜਾਏਗਾ। ਸੋ ਪਹਿਲਾਂ ਸਵਾਗਤ ਕਰ ਲਈ ਅੰਮ੍ਰਿਤ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਕੈਨੇਡਾ ਤੋਂ ਸ਼ੁਰੂ ਕਰਾਂਗਾ ਅੱਜ। ਪੰਜਾਬ ਦੇ ਜੇਕਰ ਗੱਲ ਕਰ ਲਈਏ ਜਾਂ ਨੌਰਥ ਇੰਡੀਆ ਦੀ ਗੱਲ ਕਰ ਲਈਏ, ਤਾਂ ਮੈਜੋਰਟੀ ਬੱਚਾ ਕੈਨੇਡਾ ਦੇ ਲਈ ਅਪਲਾਈ ਕਰਨਾ ਚਾਹੁੰਦਾ। 3 ਪੀੜ੍ਹੀਆਂ ਕੈਨੇਡਾ ਦੇ ਵਿੱਚ ਬੈਠੀਆਂ ਨੇ, ਬਹੁਤ ਸਾਰਾ ਜਿਹੜੇ ਪਹਿਲਾਂ ਵੀ ਪੰਜਾਬੀ ਜਾ ਚੁੱਕੇ, ਅੱਜ ਵੀ ਜਾ ਰਹੇ ਨੇ, ਸ਼ਾਇਦ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਨਾ। ਪਰ ਜਦੋਂ ਰੂਲਸ ਬਦਲੇ ਜਾਂਦੇ ਨੇ ਜਾਂ ਕਈ ਵਾਰ ਕਿਸੇ ਤਰ੍ਹਾਂ ਦੇ ਚੇਂਜਸ ਕੀਤੀ ਜਾਂਦੀ, ਤਾਂ ਉਸ ਚੀਜ਼ ਨੂੰ ਨੈਗੇਟਿਵ ਵੀ ਪੇਸ਼ ਕੀਤਾ ਜਾਂਦਾ, ਦੂਜਾ ਮਿਸਗਾਈਡੈਂਸ ਬੜੀ ਕੀਤੀ ਜਾਂਦੀ ਨਾ, ਕਿਉਂਕਿ ਕੰਸਲਟੈਂਟਸ ਬਹੁਤ ਹੋ ਗਏ, ਚੰਗੇ ਵੀ ਨੇ ਮਾੜੇ ਵੀ ਨੇ। ਸੋ ਅਵੇਅਰ ਕਰਨ ਦੀ ਅੱਜ ਇੱਕ ਬਹੁਤ ਜ਼ਿਆਦਾ ਲੋੜ ਬਣ ਗਈ, ਖਾਸ ਕੈਨੇਡਾ ਵਾਲੇ ਸਟੂਡੈਂਟਸ ਨੂੰ, ਜਿਨ੍ਹਾਂ ਨੂੰ ਜਨਰਲ ਦੇ ਨਾਮ ਦੇ ਉੱਤੇ ਠੱਗਿਆ ਜਾਂਦਾ, ਪੈਕੇਜਸ ਦੇ ਨਾਮ ਉੱਤੇ ਠੱਗਿਆ ਜਾਂਦਾ ਨਾ। ਸੋ ਹੁਣ ਜਦੋਂ STS ਸਿਸਟਮ ਆਇਆ ਤਾਂ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ ਨੇ। ਕਿਸ ਤਰ੍ਹਾਂ ਦੇ ਰਿਜ਼ਲਟਸ ਨੇ? ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦੀ STS ਦੀ ਅੰਡਰ ਫਾਈਲਸ ਲੱਗੀਆਂ ਸੀ ਜਾਂ STS ਬਦਲਣ ਤੋਂ ਬਾਅਦ ਜਿਨ੍ਹਾਂ ਦੀ ਨੋਨ STS ਦੇ ਅੰਡਰ ਜਿਹੜੀਆਂ ਫਾਈਲ ਲਾਈਆਂ ਸੀ, ਕਿਸ ਤਰ੍ਹਾਂ ਦੇ ਰਿਜ਼ਲਟਸ ਆ ਰਹੇ ਨੇ? ਕਾਫੀ ਅੱਛਾ ਰਿਸਪੌਂਸ ਜਿਹੜਾ ਸਾਡੇ ਕੋਲ ਆਇਆ, ਕਿਉਂਕਿ ਪ੍ਰੈਜੈਂਟੇਸ਼ਨ ਵਾਈਜ਼ ਗੱਲ ਕਰ ਲਈਏ ਆਪਾਂ, ਕ੍ਰਾਈਟੇਰੀਆ ਵਾਈਜ਼ ਜਿਵੇਂ ਕਿ ਸਾਰਾ ਕੁਛ ਹੀ ਉਹਨਾਂ ਨੇ ਕਲੀਅਰ ਕੀਤਾ ਗਿਆ ਸੀ ਵੀ ਜਿਹੜੀ 6 ਈਸ ਬੈਂਡ ਦੀ ਰਿਕੁਆਇਰਮੈਂਟ ਸੀਗੀ, ਟਾਈਮਿੰਗ ਵਗੈਰਾ ਉਹਨਾਂ ਨੇ ਦੱਸੀ ਗਈ ਸੀ, ਫੀਸ ਦੱਸੀ ਗਈ ਸੀ ਵੀ ਇੰਨੀ ਜਿਹੜੀ ਫੀਸ ਆਪਾਂ ਐਡਵਾਂਸ ਦੇ ਵਿੱਚ ਪੂਰੇ ਈਅਰ ਦੀ ਫੀਸ ਪੇ ਕਰਨੀ ਆ। ਉਹ ਤੋਂ ਬਾਅਦ ਜਿਹੜੀਆਂ ਫਾਈਲਾਂ ਲਾਈਆਂ ਗਈਆਂ ਉਹਨਾਂ ਵਿੱਚੋਂ ਬਹੁਤ ਹੀ, ਮੈਂ ਕਹੂੰਗਾ ਵੀ ਪੋਜ਼ਿਟਿਵ ਰਿਸਪੌਂਸ, ਕਿਉਂਕਿ ਦੇਖੋ ਇੱਕ ਕੰਸਲਟੈਂਟ ਕੋਲ ਬਹੁਤ ਸਾਰੀਆਂ ਨੰਬਰ ਆਫ ਫਾਈਲਸ ਲੱਗਦੀਆਂ ਨੇ ਜਿਹਦੇ ਵਿੱਚੋਂ ਕੁਝ ਕੇਸ ਰਿਫਿਊਜ਼ ਵੀ ਹੁੰਦੇ ਨੇ, ਕੁਝ ਕੇਸ ਜਿਹੜੇ ਨੇ ਡਿਲੇ ਹੋਣ ਕਰਕੇ ਸੈਸ਼ਨ ਵੀ ਮਿਸ ਹੋ ਜਾਂਦਾ। ਓਵਰਆਲ ਮੈਂ ਗੱਲ ਕਰਾਂ ਤਾਂ ਮੈਂ ਪੋਜ਼ਿਟਿਵ ਕਹੂੰਗਾ ਉਸ ਚੀਜ਼ ਨੂੰ। ਦੂਜਾ ਆਪਾਂ ਗੱਲ ਕਰਦੇ ਹਾਂ ਜਿਵੇਂ ਤੁਸੀਂ ਵਧੀਆ ਮੁੱਦਾ ਛੇੜਿਆ ਜੀ, ਇੱਕ ਵੀ ਮਿਸਗਾਈਡ ਕਰਨ ਦਾ, ਉਹ ਉਸ ਵੇਲੇ ਹੁੰਦਾ ਜਦੋਂ ਕੋਈ ਚੇਂਜ ਆਉਂਦਾ। ਇੱਕ ਤਾਂ ਜੀ ਸੋਸ਼ਲ ਮੀਡੀਆ ਇੰਨਾ ਕੁ ਜ਼ਿਆਦਾ ਐਕਟਿਵ ਹੋ ਗਿਆ, ਉਹਦੇ ਵਿੱਚ ਨਿਊਜ਼ ਕਈ ਵਾਰੀ ਹੁੰਦੀ ਕੁਛ ਵੀ ਨਹੀਂ, ਬਾਹਰ ਬਹੁਤ ਉਹਨੂੰ ਸਜਾ ਕੇ ਪੇਸ਼ ਕੀਤਾ ਜਾਂਦਾ ਵੀ ਦੇਖੋ ਕੈਨੇਡਾ ਜਾਣਾ ਆਸਾਨ ਹੋਇਆ, ਵੀ 5 ਮਿੰਟ ਦੇ ਵੀ ਚਲੇ ਜਾਓ। ਹਾਂ ਵੀ ਉਹ ਉਹ ਕੀ ਆ, ਰਿਊਮਰਸ ਹੁੰਦੇ ਨੇ ਕਿਸੇ ਤਰ੍ਹਾਂ ਦੇ, ਹੈ ਨਾ। ਉਹ ਬੱਚੇ ਵੀ ਕੀ ਕਰਦੇ ਨੇ, ਨਾਲ ਦੀ ਨਾਲ ਆਪਾਂ ਲਿੰਕ ਓਪਨ ਕਰਦੇ ਹਾਂ, ਅੱਗੇ 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 ਪੜ੍ਹ ਪੜ੍ਹ ਕੇ ਕਿਸੇ ਤਾਂ ਕਿਸੇ ਤਰ੍ਹਾਂ ਕੰਸਲਟੈਂਟਸ ਦੀ ਐਡਸ ਹੁੰਦੀਆਂ ਨੇ ਜਾਂ ਤਾਂ ਉਹ, ਹੈ ਨਾ, ਜਾਂ ਉਹਦੇ ਵਿੱਚ ਉਹ ਫੇਕ ਹੁੰਦੀਆਂ ਨੇ। ਮੈਂ ਇਹ ਕਹੂੰਗਾ ਵੀ ਜੇ ਸੋਸ਼ਲ ਮੀਡੀਆ ਐਕਟਿਵ ਹੋਇਆ ਤਾਂ ਆਪਣੇ ਜਿਹੜੇ ਬੱਚੇ ਨੇ, ਆਪਣੇ ਜਿਹੜੇ ਸਟੂਡੈਂਟ ਨੇ, ਉਹ ਵੀ ਬਹੁਤ ਜ਼ਿਆਦਾ ਐਕਟਿਵ ਹੋਏ ਨੇ ਸੋਸ਼ਲ ਨੈੱਟ ਆਉਣ ਦੇ ਨਾਲ, ਇੰਟਰਨੈੱਟ ਦੀ ਜ਼ਿਆਦਾ ਵਰਤੋਂ ਹੋਣ ਦੇ ਨਾਲ। ਮੈਂ ਕਹੂੰਗਾ ਵੀ, ਮੈਂ ਹਮੇਸ਼ਾ ਕਹਿੰਦਾ ਵੀ ਸਾਈਟਸ, ਓਫੀਸ਼ੀਅਲ ਸਾਈਟ ਜ਼ਰੂਰ ਚੈੱਕ ਕਰਿਆ ਕਰੋ, ਤੁਹਾਨੂੰ ਉੱਦਾਂ ਦੀ ਨਿਊਜ਼ ਪੜ੍ਹਨ ਨੂੰ ਮਿਲੀ, ਠੀਕ ਆ, ਤੁਸੀਂ ਪੜ੍ਹਿਆ, ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਉਹਨੂੰ ਕ੍ਰੋਸ ਚੈੱਕ ਤਾਂ ਕਰੋ। ਹਰ ਕਾਲਜ ਦੀ ਸਾਈਟ ਹੈਗੀ ਆਪਣੇ ਕੋਲ, ਅੰਬੈਸੀ ਦੀਆਂ ਸਾਈਟਸ ਨੇ, ਉਹਦੇ ਉੱਤੇ ਤੁਸੀਂ ਔਨਲਾਈਨ ਚੈੱਕ ਕਰੋ। ਈਵਨ ਕਿ PR ਨੂੰ ਲੈ ਕੇ ਕਿੰਨਾ ਜ਼ਿਆਦਾ, ਮੈਂ ਕਹੂੰਗਾ ਵੀ PR ਕੇਸਿਸ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਤੋਂ ਪੈਸੇ ਠੱਗੇ ਜਾਂਦੇ ਸੀਗੇ ਵੀ ਤੁਸੀਂ ਅਪਲਾਈ ਕਰ ਦਿਓ ਜੀ, ਤੁਹਾਡੇ ਇੰਨੇ ਘੱਟ ਪੈਣੇ, ਤੁਹਾਨੂੰ ਵਰਕ ਵੀਜ਼ਾ ਦਵਾ ਦਿੰਦੇ ਹਾਂ ਅਸੀਂ। ਕਿਉਂਕਿ ਦੇਖੋ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਸੀਂ ਫਾਈਲ ਅਪਲਾਈ ਕਰਦੇ ਹੋ ਤਾਂ ਔਨਲਾਈਨ ਸਾਰਾ ਕੁਝ ਪਿਆ ਜਿਹਦੇ ਵਿੱਚ ਤੁਸੀਂ ਆਪਣੇ ਪੁਆਇੰਟਸ ਜਿਹੜੇ ਨੇ ਆਪ ਕੈਲਕੂਲੇਟ ਕਰ ਸਕਦੇ ਹੋ, ਹੈ ਨਾ। ਉਹ ਇੱਕ ਜਿਹੜਾ ਇਹ ਅਸਲੀ ਵੇ ਬਣਿਆ ਹੋਇਆ, ਜੇ ਹੁਣ ਤੁਸੀਂ, ਤੁਹਾਡੇ ਕੋਲ ਐਕਸਪੀਰੀਅੰਸ ਘੱਟ ਆ, ਤੁਸੀਂ 7 ਈਚ ਬੈਂਡ ਲੈਣ ਦੇ ਕੈਪੇਬਲ ਹੋ, ਡੈਫੀਨੇਟਲੀ ਤੁਸੀਂ PR ਅਪਲਾਈ ਕਰ ਸਕਦੇ ਹੋ। ਉਹਦਾ ਪ੍ਰੋਸੈਸ ਬਣਿਆ ਹੋਇਆ ਪ੍ਰੋਪਰ, ਉਹਦੇ ਵਿੱਚ ਤੁਸੀਂ ਆਪਣੀ ਏਜ ਨੇ ਕੁਆਲੀਫਿਕੇਸ਼ਨ ਵਗੈਰਾ, ਤੁਸੀਂ ਆਪਣੀ ਮਾਸਟਰਸ ਦੇ ਪੁਆਇੰਟ ਤੁਹਾਨੂੰ ਮਿਲਣਗੇ, ਤੁਹਾਡਾ ਰੈਲੇਟਿਵ ਉੱਥੇ ਆ ਉਹਦੇ ਤੁਹਾਨੂੰ ਪੁਆਇੰਟ ਮਿਲਦੇ ਆ। ਉਹ ਸਾਰੀਆਂ ਚੀਜ਼ਾਂ ਕੀ ਨੇ, ਉਹ ਔਨਲਾਈਨ ਸਰਚ ਕਰਨ ਤੋਂ ਬਾਅਦ ਤੁਹਾਨੂੰ ਡੈਫੀਨੇਟਲੀ ਜਿਹੜੀਆਂ ਪਤਾ ਲੱਗ ਜਾਂਦੀਆਂ ਨੇ। ਹੁਣ ਕੀ ਹੁੰਦਾ ਜੀ, ਕੰਸਲਟੈਂਟਸ ਸਿੱਧਾ ਸਿੱਧਾ ਪੈਸੇ ਲੈ ਲੈਂਦੇ ਵੀ ਇੰਨੀ ਫੀਸ ਅਸੀਂ ਹਾਫ ਪਹਿਲਾਂ ਲਵਾਂਗੇ ਜੀ, ਫਾਈਲ ਅਪਲਾਈ ਕਰਨ ਤੋਂ ਪਹਿਲਾਂ ਅਤੇ ਹਾਫ ਫਾਈਲ ਤੋਂ ਵੀਜ਼ਾ ਆਉਣ ਤੋਂ ਬਾਅਦ ਚ ਲਵਾਂਗੇ। ਬਟ ਉਹਦੇ ਵਿੱਚੋਂ ਨਿਕਲਣਾ ਕੁਛ ਵੀ ਨਹੀਂ ਹੁੰਦਾ, ਬੱਚੇ ਦੇ ਬੈਂਡ 5, 5.5 ਹੁੰਦੇ ਆ ਜਾਂ 6 ਹੁੰਦੇ ਆ, 6 ਈਚ ਵੀ ਨਹੀਂ ਹੁੰਦੇ ਈਵਨ, 6 ਈਚ ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਕੀ ਤੁਹਾਡੇ ਪੁਆਇੰਟ ਉਹਨੇ ਕੈਪੇਬਲ ਤੁਸੀਂ ਬਣਦੇ ਹੋ, ਐਲੀਜੀਬਿਲਟੀ ਬਣਦੀ ਆ ਵੀ ਤੁਸੀਂ ਅਪਲਾਈ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਫਾਈਲ ਉੱਥੇ ਪੂਲ ਦੇ ਵਿੱਚੋਂ ਪਿੱਕ ਹੋ ਜਾਵੇ, ਉਹ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਖੁਦ ਸਮਝਣੀਆਂ ਪੈਣਗੀਆਂ। ਦੂਜੀ ਚੀਜ਼ ਇਹ ਆ, ਜਿਵੇਂ ਹੁਣ ਰੂਲ ਚੇਂਜ ਹੋਏ ਸੀ, ਮੈਨੂੰ ਲੱਗਦਾ ਹੁਣ ਬੱਚੇ ਨੂੰ ਪਤਾ ਹੈ ਵੀ ਕੈਨੇਡਾ ਜੇ ਅਸੀਂ ਜਾਣਾ ਸਾਨੂੰ 6 ਈਚ STS ਦੇ ਅੰਡਰ ਬੈਂਡ ਲੈਣੇ ਪੈਣਗੇ, ਇੰਨੀ ਦੇਰ ਦੀ ਅਸੀਂ ਫੀਸ ਭਰਨੀ ਆ, ਆਹ ਆਹ ਕਾਲਜਿਸ ਦੀ ਜਿਹੜੀ ਲਿਸਟ ਪ੍ਰੋਵਾਈਡ ਕੀਤੀ ਗਈ ਆ, ਇਸ ਤੋਂ ਬਿਨਾਂ ਜਿਹੜੇ ਬੈਂਕ ਐਡ ਕੀਤੇ ਸੀ ਨਵੇਂ ਉਹਨਾਂ ਨੇ GIC ਅਕਾਊਂਟ ਲਈ, ਉਹ ਵੀ ਈਵਨ ਕਿ ਮੈਨੂੰ ਲੱਗਦਾ ਵੀ ਸਿੰਗਲ ਹਰ ਇਕੱਲੀ ਚੀਜ਼ ਜਿਹੜੀ ਆ ਨੈੱਟ ਦੇ ਉੱਤੇ ਪਾ ਦਿੱਤੀ ਗਈ ਆ, ਔਨਲਾਈਨ ਪਾਈ ਗਈ ਵੀ ਆਹ ਆਹ ਜਿਹੜੇ ਚੇਂਜ ਨੇ। ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਵਧੀਆ ਇੱਕ ਪੋਜ਼ਿਟਿਵ ਵੀ ਫੀਡਬੈਕ ਸਟੂਡੈਂਟਸ ਵੱਲੋਂ ਵੀ ਸਾਨੂੰ ਦੇਖਣ
ਹੁੰਦਾ ਕਿਉਂਕਿ ਹੁਣ ਦੇਖੋ ਜੀ ਇੱਕ ਵਾਰੀ ਤਾਂ ਸਾਡੇ ਕੋਲ ਸਟੂਡੈਂਟ ਸਾਹਿਬ ਆਉਂਦਾ ਵੀ ਉਹਨੂੰ ਬਿਲਕੁਲ ਹੀ ਨਹੀਂ ਪਤਾ, ਉਹਨੂੰ ਇਹ ਵੀ ਨਹੀਂ ਪਤਾ ਵੀ SDS 'ਚ ਲੱਗੂਗੀ ਜਾਂ ਜਰਨਲ ਦੇ ਵਿੱਚ ਮੇਰੀ ਫਾਈਲ ਲੱਗਣੀ ਆ ਜਾਂ ਉਹਦਾ ਕ੍ਰਾਈਟੀਰੀਆ ਕੀ ਆ, ਉਹਨੂੰ ਇੰਨਾ ਪਤਾ ਵੀ ਮੇਰੇ ਇੰਨੇ ਬੈਂਡ ਸਕੋਰ ਨੇ, ਹੈ ਨਾ। ਉੱਥੇ ਕੀ ਆ, ਉਹਨੂੰ ਗਾਈਡੈਂਸ ਦੀ ਬਹੁਤ ਲੋੜ ਪੈਂਦੀ ਆ। ਜੇ ਅਸੀਂ ਉਹਨੂੰ ਗਾਈਡ ਕਰ ਰਹੇ ਹਾਂ, ਇਹ ਕੰਸਲਟੈਂਟ ਦੇ ਉੱਤੇ ਵੀ ਡਿਪੈਂਡ ਕਰਦਾ ਜੇ ਇੱਕ ਸਹੀ ਉਹਨੂੰ ਗਾਈਡੈਂਸ ਪ੍ਰੋਵਾਈਡ ਕਰਵਾਈ ਜਾ ਸਕਦੀ ਆ। ਜਿਹੜੇ ਕੰਸਲਟੈਂਟ ਨੂੰ ਪਤਾ ਲੱਗ ਗਿਆ ਵੀ ਬੱਚੇ ਨੂੰ ਨਹੀਂ ਪਤਾ, ਉਹ ਮਿਸਗਾਈਡ ਵੀ ਕਰ ਸਕਦਾ ਕਿਉਂਕਿ ਇਹ ਤੁਹਾਡਾ ਹੋਮਵਰਕ ਆ, ਤੁਸੀਂ ਕੀਤਾ ਵੀ ਜਾ ਰਿਹਾ ਨਾਲ। ਹਾਂਜੀ, ਕਈ ਕਈ ਕਿਸ ਹੱਦ ਤੱਕ ਦੇਖਦੇ ਆ ਕਿ ਹਾਂ ਅੱਜ ਵੀ ਜਿਹੜਾ ਬੱਚਾ ਜਿਹਦੇ ਬੈਂਡ ਸਕੋਰ ਘੱਟ ਨੇ ਉਹਨੂੰ ਕੈਨੇਡਾ ਦੇ ਨਾਮ ਉੱਤੇ ਠੱਗਿਆ ਜਾ ਰਿਹਾ ਕਿ ਕੋਈ ਨਹੀਂ ਅਪਲਾਈ ਕਰਾ ਦਿੰਦੇ ਆ, ਪਹਿਲਾਂ ਜਿਹੜੇ ਫੀਸ ਬਾਅਦ 'ਚ ਦੇ ਦੇਣਾ ਜਾਂ ਪੈਕੇਜਸ ਦੇ ਨਾਮ ਉੱਤੇ ਜਾਂ ਰਿਜੈਕਟ ਕਰਾ ਕੇ ਵੀ ਜਿਹੜੇ ਬੱਚੇ ਦੇ ਪੈਸੇ ਕੱਟ ਲਏ ਜਾਂਦੇ। ਬਿਲਕੁਲ ਇਸ ਚੀਜ਼ ਤੋਂ ਡਿਨਾਈ ਨਹੀਂ ਕਰਦਾ ਜੀ ਕਿ ਗੁਮਰਾਹ ਜਿਹੜਾ ਨਹੀਂ ਕੀਤਾ ਜਾ ਰਿਹਾ, ਉਹਦਾ ਰੀਜ਼ਨ ਵੀ ਇਹ ਆ ਕਿਤੇ ਨਾ ਕਿਤੇ ਕਰੇਜ਼ ਵੀ ਇੰਨਾ ਜ਼ਿਆਦਾ ਬੱਚੇ ਦੇ ਉੱਤੇ ਹਾਵੀ ਹੋ ਜਾਂਦਾ, ਬੱਚਾ ਸੋਚਦਾ ਵੀ ਜਿਵੇਂ ਮਰਜ਼ੀ ਭੇਜੋ ਬਸ ਮੈਨੂੰ ਕੈਨੇਡਾ ਭੇਜੋ। ਬਿਲਕੁਲ ਸਹੀ ਜਾਂ ਗਲਤ ਨਹੀਂ ਦੇਖਦਾ, ਸਹੀ ਗਲਤ ਨਹੀਂ ਦੇਖਦਾ। ਉਸ ਚੀਜ਼ 'ਚ ਕੀ ਹੁੰਦਾ, ਬੱਚਾ ਗੱਲਾਂ 'ਚ ਬਹੁਤ ਛੇਤੀ ਆਉਂਦਾ ਕਿਉਂਕਿ ਬੱਚੇ ਨੂੰ ਇਹ ਲੱਗਦਾ ਵੀ ਯਾਰ ਇਹ ਫਲਾਣੇ, ਮੰਨ ਲਓ ਸਾਡੇ ਕੋਲ ਸਟੂਡੈਂਟਸ ਆਇਆ ਸੀ, ਕਹਿਤਾ ਵੀ ਨਹੀਂ ਵੀ ਤੁਹਾਡਾ ਜਿਹੜਾ ਕ੍ਰਾਈਟੀਰੀਆ ਉਹ ਨਹੀਂ ਫੁਲਫਿਲ ਹੋ ਰਿਹਾ, ਤੁਹਾਡੇ ਮਾਰਕਸ ਵੀ ਘੱਟ ਨੇ, ਤੁਹਾਡੇ ਬੈਂਡ ਸਕੋਰ ਵੀ। ਹੁਣ ਬੱਚੇ ਨੂੰ ਉਹ ਕੰਸਲਟੈਂਟ ਬੁਰਾ ਲੱਗਦਾ ਜਿਹੜਾ ਸੱਚ ਬੋਲਦਾ ਉਸ ਟਾਈਮ 'ਤੇ, ਉਹਨੂੰ ਲੱਗਦਾ ਵੀ ਨਹੀਂ ਜੀ ਫਲਾਣੇ ਕੰਸਲਟੈਂਟ ਨੇ ਸਾਨੂੰ ਕਿਹਾ ਵੀ ਸੁਪਨਾ ਦਿਖਾਇਆ ਵੀ ਹਾਂਜੀ ਤੁਸੀਂ ਚਲੀ ਜਾਓਗੇ ਤੁਹਾਡਾ ਹਾਹਾ ਕਾਲਜ ਦੇ ਵਿੱਚ, ਆਹ ਤੁਹਾਨੂੰ ਕੋਰਸ ਦੇ ਕੇ ਚਾਰ ਉਹਨੇ ਕਾਲਜ ਦੀਆਂ ਫੋਟੋਆਂ ਦਿਖਾਤੀਆਂ, ਉਹ ਬੱਚੇ ਨੂੰ ਆਪਣੇ ਕਹਿ ਲਾ ਵੀ ਗੱਲਾਂ 'ਚ ਲੈ ਲਿਆ ਜੀ। ਸੋ ਉਸ ਕੇਸ ਦੇ ਵਿੱਚ ਕੀ ਹੋ ਜਾਂਦਾ, ਸਟੂਡੈਂਟ ਇਹ ਨਹੀਂ ਸੋਚਦਾ ਵੀ ਜੇ ਸਾਨੂੰ ਮਨਾ ਕੀਤਾ ਤਾਂ ਕਿਉਂ ਕੀਤਾ। ਆਪਾਂ ਇਹ ਨਹੀਂ ਕਹਿੰਦੇ ਵੀ ਤੁਹਾਡਾ ਵਿਦੇਸ਼ ਜੇ ਤੁਸੀਂ ਜਾਣ ਦਾ ਡ੍ਰੀਮ ਰੱਖਦੇ ਹੋ ਤੁਸੀਂ ਜਾ ਨਹੀਂ ਸਕਦੇ, ਹੋ ਸਕਦਾ ਤੁਹਾਡਾ ਪ੍ਰੋਫਾਈਲ ਜਿਹੜਾ ਕੈਨੇਡਾ ਲਈ ਮੈਚ ਨਾ ਕਰਦਾ ਹੋਵੇ, ਹੋਰ ਆਪਣੇ ਕੋਲ ਨੰਬਰ ਆਫ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ, ਹੈ ਨਾ, ਆਪਾਂ ਹੋਰ ਕੰਟਰੀ ਲਈ ਵੀ ਸੋਚ ਸਕਦੇ ਹਾਂ, ਜਾਂ ਤੁਸੀਂ ਉਹ ਇਹੀ ਚੀਜ਼ਾਂ ਜਿੰਨੀ ਤੁਸੀਂ ਕਾਹਲੀ ਜ਼ਿਆਦਾ ਕਰੋਗੇ, ਜਿੰਨਾ ਤੁਸੀਂ ਕ੍ਰੋਸ ਚੈੱਕ ਨਹੀਂ ਕਰੋਗੇ, ਫੀਡਬੈਕ ਨਹੀਂ ਲਓਗੇ, ਜਾਂ ਤੁਸੀਂ ਡਿਸੀਜਨ ਮੇਕਰ ਉਸ ਟਾਈਮ 'ਤੇ ਖੁਦ ਬਣੇ ਹੋਏ ਹੋ, ਕਿਉਂਕਿ ਸਟੂਡੈਂਟ ਐਜ਼ ਏ ਸਟੂਡੈਂਟ ਮੈਂ ਗੱਲ ਕਰਾਂ ਤਾਂ ਆਪਾਂ ਨੂੰ ਉਹਨਾਂ ਲਾਈਫ ਦਾ ਐਕਸਪੀਰੀਅੰਸ ਨਹੀਂ ਹੁੰਦਾ, ਬੇਸ਼ੱਕ ਆਪਾਂ ਪੜ੍ਹੇ ਲਿਖੇ ਹਾਂ, ਆਪਾਂ ਨੂੰ ਪਤਾ ਸਟੱਡੀ ਕੀ ਕਰਨੀ ਆ, ਆਪਾਂ ਨੂੰ ਉਹਨਾਂ ਚੀਜ਼ਾਂ ਦਾ ਪਤਾ, ਬਟ ਜਿਹੜੇ ਆਪਣੀ ਫੈਮਿਲੀ ਆਪਾਂ ਕਹਿੰਦੇ ਵੀ ਉਮਰ ਨਾਲ ਤਜਰਬਾ ਵੱਧਦਾ, ਹੈ ਨਾ, ਜਿਹੜਾ ਆਪਣਾ ਡਿਸੀਜਨ ਮੇਕਰ ਆ ਫੈਮਿਲੀ ਦਾ ਕੋਈ ਮੈਂਬਰ ਹੋ ਸਕਦਾ ਜਾਂ ਤੁਹਾਡਾ ਵੱਡਾ ਭੈਣ ਭਰਾ ਪੜ੍ਹਿਆ ਹੋਇਆ ਜਿਹੜਾ ਜੋਬ ਕਰਦਾ ਜਾਂ ਜਿਹਨੂੰ ਐਕਸਪੀਰੀਅੰਸ ਹੈਗਾ, ਐਟਲੀਸਟ ਉਹ ਚੀਜ਼ਾਂ ਨੂੰ ਸਮਝ ਸਕਦਾ ਵੀ ਜੇ ਕੋਈ ਕੰਸਲਟੈਂਟ ਸਾਡੇ ਬੱਚੇ ਨੂੰ ਮਨਾ ਕਰ ਰਿਹਾ ਜਾਂ ਉਹ ਕਹਿੰਦਾ ਵੀ ਇਹਦੇ ਵਿੱਚ ਰਿਸਕ ਜ਼ਿਆਦਾ ਹੈ ਜਾਂ ਤੁਸੀਂ ਨਹੀਂ ਅਪਲਾਈ ਕਰ ਸਕਦੇ, ਉਹਦੇ ਪਿੱਛੇ ਰੀਜ਼ਨ ਕੀ ਨੇ। ਸੋ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਕ੍ਰੋਸ ਚੈੱਕ ਹੋਣਾ ਜ਼ਰੂਰੀ ਆ। ਫਿਰ ਪੈਕੇਜ ਦੀ ਗੱਲ ਆ ਜਾਂਦੀ ਹੈ ਜੀ, ਮੈਂ ਨਹੀਂ ਕਹਿੰਦਾ ਵੀ ਪੈਕੇਜ ਡੀਲਸ ਸਾਰੀਆਂ ਗਲਤ ਹੁੰਦੀਆਂ ਨੇ, ਮੈਂ ਇਹ ਨਹੀਂ ਕਹਿੰਦਾ ਵੀ ਸਾਰੀਆਂ ਸਹੀ ਹੁੰਦੀਆਂ ਨੇ। ਤੁਸੀਂ ਪਹਿਲਾਂ ਇਹ ਤੁਸੀਂ ਐਟਲੀਸਟ ਇਹ ਤਾਂ ਪੁੱਛੋ ਵੀ ਜੇ ਤੁਹਾਨੂੰ ਪੈਕੇਜ ਡੀਲ ਮਿਲ ਰਹੀ ਹੈ ਉਹਦੇ ਵਿੱਚ ਇਨਕਲੂਡ ਕੀ ਆ। ਬੱਚੇ ਹੀ ਨਹੀਂ ਪਹਿਲਾਂ ਪੁੱਛਦੇ, ਹੈ ਨਾ, ਬੱਚੇ ਨੂੰ ਇਹ ਹੁੰਦਾ ਵੀ ਹਾਂਜੀ ਉੱਕਾ ਬੁੱਕਾ ਸਾਨੂੰ ਇੰਨੇ ਪੈਸੇ ਦੇਣੇ ਨੇ। ਤੁਸੀਂ ਇਹ ਦੇਖੋ ਵੀ ਤੁਹਾਡੀ ਫੀਸ ਜਿਹੜੀ ਆ ਇੱਕ ਸਮੈਸਟਰ ਦੀ ਭਰੀ ਜਾ ਰਹੀ ਆ ਜਾਂ ਇੱਕ ਈਅਰ ਦੀ ਭਰੀ ਜਾ ਰਹੀ ਆ, ਤੁਸੀਂ ਇਹ ਦੇਖੋ ਉਹਦੇ ਵਿੱਚ ਤੁਹਾਨੂੰ ਉਹ ਕੀ ਡੀਲ ਦੇ ਰਿਹਾ, ਅੰਬੈਸੀ ਫੀਸ ਪੇ ਕਰ ਰਹੇ ਨੇ ਜਾਂ ਨਹੀਂ ਕਰ ਰਹੇ, ਉਹਦੇ ਵਿੱਚ ਆਪ ਦੀ ਫੀਸ ਉਹਨਾਂ ਦੀ ਕਿੰਨੀ ਇਨਕਲੂਡ ਕੀਤੀ ਗਈ ਆ, ਇਹ ਚੀਜ਼ਾਂ ਜਿਹੜਾ ਤੁਹਾਡਾ ਰਾਈਟ ਆ ਤੁਸੀਂ ਕ੍ਰੋਸ ਕੁਐਸਚਨ ਕਰ ਸਕਦੇ ਹੋ। ਬਟ ਉਹੀ ਗੱਲ ਫਿਰ ਘੁੰਮ ਕੇ ਉੱਥੇ ਆ ਗਈ, ਜਦੋਂ ਤੁਹਾਡਾ ਕਰੇਜ਼ ਇੰਨਾ ਹਾਵੀ ਹੋ ਜਾਂਦਾ ਫਿਰ ਤੁਹਾਨੂੰ ਇਹ ਲੱਗਦਾ ਵੀ ਉੱਕਾ ਬੁੱਕਾ ਮੈਂ ਤਾਂ ਜੀ ਇੰਨੇ ਲੱਖ ਰੁਪਇਆ ਦੇਣਾ, ਪੁੱਛਣ ਦੀ ਲੋੜ ਨਹੀਂ ਵੀ ਮੇਰਾ ਵੀਜ਼ਾ ਲਵਾ ਕੇ ਦੇ ਰਹੇ ਨੇ ਜੀ, ਫੀਸ ਪੈਸੇ ਜਿਹੜੇ ਆ ਮੈਂ ਵੀਜ਼ੇ ਤੋਂ ਬਾਅਦ 'ਚ ਦੇਣੇ ਆ। ਸੋ ਉੱਥੇ ਜਾ ਕੇ ਮੈਂ ਕਹੂੰਗਾ ਵੀ, ਕਿਉਂਕਿ ਦੇਖੋ ਇੱਕ ਤਾਂ ਫਾਈਨੈਂਸ਼ੀਅਲ ਇਨਵੋਲਵਮੈਂਟ ਇੰਨੀ ਜ਼ਿਆਦਾ ਹੁੰਦੀ ਆ, ਆਪਾਂ ਵੱਡੀ ਰਕਮ ਇੱਕ ਜਿਹੜੀ ਆ ਪੇ ਕਰਨੀ ਹੁੰਦੀ ਆ ਫੀਸ ਦੇ ਰੂਪ 'ਚ ਲਾ ਲਓ, ਹੈ ਨਾ, ਜਾਂ ਜਿਹੜੀਆਂ ਅੰਬੈਸੀ ਫੀਸ ਨੇ ਜਾਂ ਵੀਜ਼ੇ ਦੇ ਲਈ ਜਿੰਨਾ ਤੁਹਾਨੂੰ ਟੋਟਲ ਖਰਚਾ ਉਹ ਕਾਫੀ ਹਿਊਜ ਅਮਾਊਂਟ ਹੁੰਦੀ ਆ, ਉਹਦੇ ਕਰਕੇ ਫਿਰ ਇਹਦੇ ਵਿੱਚ ਆਪਾਂ ਕਹਾਂਗੇ ਵੀ ਕੁੰਡੀ ਵੀ ਵੱਡੀ ਲਾਉਂਦੇ ਨੇ, ਜਦੋਂ ਧੋਖਾਧੜੀ ਹੁੰਦੀ ਆ ਤਾਂ ਉਹ ਵੱਡੇ ਲੈਵਲ ਦੀ ਹੁੰਦੀ ਆ। ਜੀ, ਸੋ ਬੱਚੇ ਵੀ ਮੇਰੇ ਖਿਆਲ ਕਾਫੀ ਅੱਜ ਵੀ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਰਿਸਰਚ ਨਹੀਂ ਕਰਦੇ, ਜਿਨ੍ਹਾਂ ਦੇ ਦੋ ਸਵਾਲ ਹੁੰਦੇ ਨੇ ਕਿ ਕਿੰਨੇ ਪੈਸੇ ਲੱਗਣਗੇ ਅਤੇ ਕਿੰਨੇ ਟਾਈਮ 'ਚ ਵੀਜ਼ਾ ਆ ਜਾਣਾ, ਕਦੋਂ ਪਹੁੰਚ ਜਾਵਾਂਗੇ, ਨਾ ਉਸ ਤੋਂ ਇਲਾਵਾ ਨਾ ਕੋਰਸ ਬਾਰੇ ਪੁੱਛਦੇ ਨੇ, ਨਾ ਕਾਲਜ ਬਾਰੇ ਪੁੱਛਦੇ ਨੇ, ਨਾ ਕੰਸਲਟੈਂਟਸ ਦੱਸਦੇ ਨੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਬੱਚੋ, ਰਿਸਰਚ ਕਰੋ ਕਿਹੜੇ ਕਾਲਜ ਦੇ ਲਈ ਅਪਲਾਈ ਕੀਤਾ ਜਾ ਰਿਹਾ, ਕਿਹੜੇ ਕੋਰਸ ਦੇ ਲਈ ਅਪਲਾਈ ਕੀਤਾ ਜਾ ਰਿਹਾ। ਇੱਕ ਚੀਜ਼ ਹੋਰ ਹੋ ਗਈ, ਪਹਿਲਾਂ ਹੁੰਦਾ ਸੀ ਕਿ ਪੈਸੇ ਲੈ ਲਏ ਜਾਂਦੇ ਸੀ, ਭੇਜਿਆ ਨਹੀਂ ਜਾਂਦਾ ਸੀ, ਠੱਗੀ ਕਰ ਲਈ ਜਾਂਦੀ ਸੀ, ਅੱਜ ਭੇਜ ਕੇ ਠੱਗੀ ਕੀਤੀ ਜਾ ਰਹੀ ਕਿ ਇਸ ਤਰ੍ਹਾਂ ਦੇ ਕਾਲਜਸ 'ਚ ਭੇਜ ਦਿੱਤਾ ਜਿੱਥੇ ਵਰਕ ਪਰਮਿਟ ਨਹੀਂ ਬਾਅਦ ਵਿੱਚ ਮਿਲਦੇ, ਜਾਂ ਉੱਥੇ ਪੜ੍ਹਾਈ ਨਹੀਂ ਚੰਗੀ, ਕਾਲਜ ਇਸ ਤਰ੍ਹਾਂ ਦਾ ਕਿ ਇੱਕ ਦੋ ਕਮਰਿਆਂ ਦੇ ਕਾਲਜ ਨੇ, ਪੜ੍ਹਨ ਦਾ ਫਾਇਦਾ ਨਹੀਂ, ਜਿਹੜੇ ਪ੍ਰੋਗਰਾਮ 'ਚ ਭੇਜਿਆ ਉਹ PR ਲਿਸਟ ਦੇ ਵਿੱਚ ਨਹੀਂ ਹੈਗੇ, ਫਿਰ ਬੱਚਾ ਉੱਥੇ ਜਾ ਕੇ ਚੇਂਜਸ ਕਰਨ ਦੀ ਕੋਸ਼ਿਸ਼ ਕਰ ਦੇਣਾ। ਸੋ ਕਿਵੇਂ ਬੱਚਾ ਉਹਨਾਂ ਚੀਜ਼ਾਂ ਦੀ ਰਿਸਰਚ ਕਰਕੇ ਚੱਲੇ? ਬਿਲਕੁਲ ਜੀ, ਜਿਵੇਂ ਆਪਾਂ ਹੁਣ ਪਹਿਲਾਂ ਤਾਂ ਕਾਲਜ ਦੀ ਸਿਲੈਕਸ਼ਨ ਆ, ਮੈਂ ਕਹਿਣਾ ਹੁੰਦਾ ਵੀ ਸਾਰਾ ਨਿਰਾਪੁਰਾ ਤੁਸੀਂ ਕੰਸਲਟੈਂਟ ਦੇ ਉੱਤੇ ਨਾ ਸਿੱਟੋ, ਹੈ ਨਾ, ਆਪਾਂ ਇਸ ਚੀਜ਼ ਤੋਂ ਭੱਜਦੇ ਨਹੀਂ ਹੈਗੇ ਕਿ ਅਸੀਂ ਤੁਹਾਨੂੰ ਕਾਲਜ ਸਿਲੈਕਟ ਕਰਕੇ ਨਹੀਂ ਦੇਣਾ, ਕਾਲਜ ਤੁਹਾਨੂੰ ਸਿਲੈਕਟ ਕਰਕੇ ਦੇਵਾਂਗੇ, ਬੇਸ਼ੱਕ ਤੁਸੀਂ ਕੰਸਲਟੈਂਟ ਕੋਲ ਆਉਣ ਤੋਂ ਪਹਿਲਾਂ ਚੂਜ਼ ਕਰ ਲਓ,
ਆਪਣਾ ਫਰੈਂਡ ਨਹੀਂ ਹੁੰਦਾ, ਕਿਸੇ ਭੈਣ ਭਰਾ ਦਾ ਗਾਹਾਂ ਫਰੈਂਡ ਹੁੰਦਾ ਹੈ ਨਾ, ਉਹ ਸਰਕਲ ਦੇ ਵਿੱਚੋਂ ਤੁਸੀਂ ਕਾਲਜ ਤਾਂ ਪਤਾ ਕਰਾ ਸਕਦੇ ਹੋ, ਕਿਉਂਕਿ ਕਿਤੇ ਨਾ ਕਿਤੇ ਜਦੋਂ ਉਹ ਗਏ ਹੋਣਗੇ ਉਹ ਵੀ ਸਟੱਡੀ ਵੀਜ਼ਾ 'ਤੇ ਗਏ ਨੇ, ਉਹਨਾਂ ਨੂੰ ਐਟਲੀਸਟ ਹੁਣ ਆਪਣੇ ਹੀ ਲਾ ਲਓ ਆਪਣੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਤੁਹਾਨੂੰ ਗਿਣੇ ਚੁਣੇ ਨੰਬਰ ਆਫ ਯੂਨੀਵਰਸਿਟੀਜ਼ ਕਾਲਜ ਬਾਰੇ ਤੁਹਾਡਾ ਕੋਈ ਭੈਣ ਭਰਾ ਪੁੱਛਦਾ ਜਾਂ ਮੈਂ ਹੀ ਤੁਹਾਨੂੰ ਪੁੱਛਦਾ ਤਾਂ ਤੁਹਾਨੂੰ ਡੈਫੀਨੇਟਲੀ ਪਤਾ ਹੋਣਾ ਜੀ ਉਹ ਯੂਨੀਵਰਸਿਟੀ ਦਾ ਰੈਪੋ ਹੈ ਨਹੀਂ ਜਾਂ ਉਹ ਕਾਲਜ ਤਾਂ ਵਧੀਆ ਨਹੀਂ, ਉਹਦੇ ਬਾਰੇ ਤਾਂ ਕਦੇ ਸੁਣਿਆ ਹੀ ਨਹੀਂ ਹੈ ਨਾ। ਉਹ ਇੱਕ ਏਰੀਆ ਦੇ ਵਿੱਚ ਤੁਹਾਨੂੰ ਐਟਲੀਸਟ ਉਹਦੀ ਕਾਲਜ ਦੀ ਜਿਹੜੀ ਕਿੰਨਾ ਕੁ ਫੇਮਸ ਆ, ਕਿੰਨੀ ਕੁ ਉਹਦੀ ਵੈਲਿਊ ਆ, ਸਟੱਡੀ ਉੱਥੇ ਕਿਹੋ ਜਿਹੀ ਆ, ਉਹ ਇੱਕ ਪਤਾ ਹੁੰਦਾ ਤੁਹਾਨੂੰ ਏਰੀਏ ਦੇ ਵਿੱਚ, ਠੀਕ ਆ। ਤੁਸੀਂ ਮੈਂ ਨਹੀਂ ਕਹਿੰਦਾ ਵੀ ਹਰ ਚੀਜ਼ ਆਨਲਾਈਨ ਜਾ ਕੇ ਚੈੱਕ ਕਰੋ, ਨੈੱਟ ਦੇ ਉੱਤੇ ਬਹੁਤ ਕੁਛ ਇਹੋ ਜਿਹਾ ਵੀ ਹੁੰਦਾ ਜੋ ਦੇਖਣ ਨੂੰ ਸੋਹਣਾ ਲੱਗਦਾ ਬਟ ਰਿਐਲਿਟੀ 'ਚ ਕੁਛ ਹੋਰ ਹੁੰਦਾ। ਸੋ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਕਿੰਨੇ ਕੁ ਸਮਾਰਟ ਹੋ, ਕਿੰਨੇ ਕੁ ਕੁਇਕ ਹੋ, ਹੈ ਨਾ। ਤੁਸੀਂ ਪਤਾ ਕਰੋ, ਓਰਲੀ ਪੁੱਛਣ 'ਚ ਕੀ ਜਾਂਦਾ ਵੀ ਭਾਈ ਨੈਕਸਟ ਟਾਈਮ ਤੁਹਾਨੂੰ ਕਾਲ ਕਰਾਂਗੇ, ਤੁਸੀਂ ਇਹਦੇ ਬਾਰੇ ਇੰਨਾ ਕੁ ਸਾਨੂੰ ਥੋੜ੍ਹੀ ਜਿਹੀ ਹੈਲਪ ਕਰ ਦਿਓ ਵੀ ਸਾਨੂੰ ਪੁੱਛ ਕੇ ਦੱਸੋ ਵੀ ਇਹ ਕਾਲਜ ਦੀ ਸਟੱਡੀ ਵਗੈਰਾ ਕਿਹੋ ਜਿਹੀ ਆ, ਇੱਥੋਂ ਪਾਸ ਆਊਟ ਕੀ, ਤੁਸੀਂ ਤੁਹਾਡੇ ਕੋਈ ਫਰੈਂਡ ਸਰਕਲ 'ਚ ਉੱਥੇ ਪੜ੍ਹਦਾ ਹੋਊ ਜਾਂ ਉਹਨਾਂ ਨੂੰ ਪੁੱਛ ਲਓ। ਪੁੱਛਣ 'ਚ ਕੁਛ ਨਹੀਂ ਜਾਂਦਾ, 5 ਮਿੰਟ ਦੀ ਗੱਲ ਹੁੰਦੀ ਆ ਸਿਰਫ, ਬਟ ਉਹ ਕ੍ਰੋਸ ਚੈੱਕ ਹੋ ਜਾਂਦਾ, ਉਸ ਤੋਂ ਬਾਅਦ ਉਹ ਸਟੱਡੀ ਦਾ ਪਤਾ ਲੱਗ ਜਾਂਦਾ। ਦੂਜੀ ਚੀਜ਼ ਇਹ ਵੀ ਆਉਂਦੀ ਹੈ ਜੀ, ਕਈ ਵਾਰੀ ਕੀ ਹੁੰਦਾ ਆਪਣੇ ਵੀ ਇੱਥੇ ਹੁਣ ਕਿੰਨੇ ਯੂਨੀਵਰਸਿਟੀਜ਼ ਕਾਲਜਿਸ ਨੇ, ਹੈ ਨਾ, ਉਹਨਾਂ ਦੇ ਵਿੱਚ ਕੁਛ ਕੋਰਸਿਸ ਹੁੰਦੇ ਨੇ ਜਿਹੜੇ ਬਹੁਤ ਫੇਮਸ ਹੁੰਦੇ ਨੇ ਵੀ ਹਾਂਜੀ ਇੰਜੀਨੀਅਰਿੰਗ, ਅੱਛਾ ਤੁਸੀਂ ਫਲਾਣੇ ਕਾਲਜ ਤੋਂ ਕੀਤੀ ਆ, ਉਹਦੀ ਇੰਜੀਨੀਅਰਿੰਗ ਬਹੁਤ ਵਧੀਆ, ਜਾਂ ਉੱਥੋਂ ਦੇ ਇੰਜੀਨੀਅਰਿੰਗ ਸਟੂਡੈਂਟਸ ਦੀ ਪਲੇਸਮੈਂਟ ਬਹੁਤ ਵਧੀਆ ਹੁੰਦੀ ਆ। ਹੁਣ ਮੁੱਕਦੀ ਗੱਲ ਇਹ ਆ ਜੀ, ਉੱਥੇ ਇਕੱਲੀ ਇੰਜੀਨੀਅਰਿੰਗ ਤਾਂ ਨਹੀਂ ਕਰਾਈ ਜਾਂਦੀ, ਉੱਥੇ ਕੋਰਸਿਸ ਹੋਰ ਵੀ ਬਹੁਤ ਨੇ, ਉੱਥੇ ਹੋ ਸਕਦਾ MBA ਵੀ ਹੋਵੇ, ਉਹ ਮੈਡੀਕਲ ਲਾਈਨ ਦੇ ਕੋਰਸਿਸ ਵੀ ਹੋਣ, ਹੋਰ MCA ਵਗੈਰਾ ਵੀ ਹੋਣ, ਹੋਰ ਟੈਕਨੀਕਲ ਕੋਰਸਿਸ ਵੀ ਹੋਣ, ਜ਼ਰੂਰੀ ਨਹੀਂ ਵੀ ਉਹ ਪਰਟੀਕੁਲਰ ਕੋਰਸ ਇਕੱਲਾ ਉੱਥੇ ਕਰਾਇਆ ਜਾਂਦਾ, ਬਟ ਇਹ ਦੇਖਣਾ ਵੀ ਬਹੁਤ ਜ਼ਰੂਰੀ ਹੈ ਵੀ ਜੇ ਇੰਜੀਨੀਅਰਿੰਗ ਵਧੀਆ ਤਾਂ ਕੀ ਉੱਥੇ MBA ਦੀ ਸਟੱਡੀ ਵੀ ਵਧੀਆ, ਜਾਂ ਉੱਥੇ ਪਾਸ ਆਊਟ ਹੋਣ ਤੋਂ ਬਾਅਦ ਉਹਨਾਂ ਦੀ ਪਲੇਸਮੈਂਟ ਹੁੰਦੀ ਆ ਜਾਂ ਨਹੀਂ ਹੁੰਦੀ, ਜਾਂ ਟੈਕਨੀਕਲ ਕੰਪਨੀਜ਼ ਆਉਂਦੀਆਂ ਵੀ ਨੇ ਜਾਂ ਨਹੀਂ। ਕਈ ਵਾਰੀ ਇਹ ਹੁੰਦਾ ਵੀ ਮਾਰਕੀਟਿੰਗ ਦੇ ਸਟੂਡੈਂਟਸ ਜਿਹੜੇ ਨੇ ਵਧੀਆ ਪਲੇਸ ਹੋਏ ਹੁੰਦੇ ਨੇ, ਦੂਜੇ ਪਾਸਿਓਂ ਜਿਹੜਾ ਪੱਖ ਉਹਨਾਂ ਦਾ ਵੀਕ ਹੁੰਦਾ। ਸੋ ਇਹ ਚੀਜ਼ਾਂ ਵੀ ਸਟੱਡੀ ਕਰਨੀਆਂ ਬਹੁਤ ਜ਼ਰੂਰੀਆਂ ਨੇ। ਇਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਬਾਹਰ ਜਾ ਰਹੇ ਹੋ ਉੱਥੇ ਦਾ ਕਾਲਜ ਕੋਈ ਫੇਮਸ ਆ, ਵੀ ਜਿਹੜੀ ਤੁਹਾਡੀ ਉੱਥੇ ਸਟੱਡੀ ਆ ਵੀ ਉਹਦੀ ਵੀ ਉੱਥੇ ਪਰਟੀਕੁਲਰ ਵੈਲਿਊ ਹੋਵੇ। ਫਿਰ ਗੱਲ ਆ ਜਾਂਦੀ ਹੈ ਪ੍ਰੋਵਿੰਸ ਦੇ ਜੀ, ਮੰਨ ਲਓ ਤੁਸੀਂ ਸਟੇਟ, ਕਿਸੇ ਸਟੇਟ ਦੇ ਵਿੱਚ ਗਏ ਹੋ ਪਰਟੀਕੁਲਰਲੀ, ਉੱਥੇ ਤੁਸੀਂ ਕੋਈ ਕੋਰਸ ਚੂਜ਼ ਕਰਕੇ ਇੱਥੋਂ ਚਲੇ ਗਏ, ਹੈ ਨਾ, ਤੁਹਾਨੂੰ ਲੱਗਿਆ ਵੀ ਕੋਰਸ ਬਹੁਤ ਵਧੀਆ, ਉਹਦੀ ਵੈਲਿਊ ਵੀ ਹੈਗੀ ਆ, ਬਟ ਉਹਦੇ ਨਾਲ ਰਿਲੇਟਡ ਉੱਥੇ ਕੰਮ ਨਹੀਂ ਹੈਗਾ, ਫਿਰ ਦਿੱਕਤ ਆਉਂਦੀ ਆ। ਸੋ ਇਸ ਕਰਕੇ ਆ ਵੀ ਜਿਹੜੀ ਤੁਸੀਂ ਸਟੱਡੀ ਲੈਣੀ ਆ, ਜਿਹੜੀ ਤੁਸੀਂ ਸਟੱਡੀ ਕਰਨ ਉੱਥੇ ਜਾ ਰਹੇ ਹੋ, ਤੁਹਾਡਾ ਮੋਟਿਵ ਇਹ ਹੋਣਾ ਚਾਹੀਦਾ ਮੇਨ, ਕਿਉਂਕਿ ਪੰਜਾਬੀ ਸਟੂਡੈਂਟ ਮੈਨੂੰ ਲੱਗਦਾ ਇੱਥੋਂ ਪਹਿਲਾਂ ਤਾਂ ਸੋਚ ਕੇ ਉਹਦੇ ਮਾਇੰਡ 'ਚ ਇਹੀ ਹੁੰਦਾ ਵੀ ਮੈਂ ਤਾਂ ਕੰਮ ਕਰਨਾ, ਸਟੱਡੀ ਉਹਦੀ ਸੈਕਿੰਡ ਪ੍ਰਾਇੋਰਟੀ ਬਣੀ ਹੁੰਦੀ ਆ, ਜਦਕਿ ਉਹ ਫਸਟ ਹੋਣੀ ਚਾਹੀਦੀ ਆ। ਫਸਟ ਕਿਉਂ ਹੋਣੀ ਚਾਹੀਦੀ ਆ, ਉਹ ਇਸ ਕਰਕੇ ਜੀ ਕਿਉਂਕਿ ਐਟ ਦੀ ਐਂਡ ਤੁਸੀਂ ਹੋਣਾ ਤਾਂ PR, ਤੁਸੀਂ ਉੱਥੇ ਜਾ ਕੇ ਪੈਸਾ ਕਮਾਉਣਾ। ਜੇ ਤੁਸੀਂ ਪਹਿਲਾਂ ਪੈਸੇ ਬਾਰੇ ਸੋਚ ਕੇ ਜਾਓਗੇ, ਤੁਸੀਂ ਸਟੱਡੀ ਨੂੰ ਕਿਤੇ ਨਾ ਕਿਤੇ ਅੰਡਰਐਸਟੀਮੇਟ ਕਰਦੇ ਹੋ, ਹੈ ਨਾ। ਤੁਹਾਡੇ ਜੇ 5-10% ਮਾਰਕਸ ਵੀ ਸਿਰਫ ਇਸ ਕਰਕੇ ਘੱਟਦੇ ਨੇ ਵੀ ਤੁਸੀਂ ਉੱਥੇ ਧਿਆਨ ਨਹੀਂ ਸੀ ਦਿੱਤਾ, ਹੋ ਸਕਦਾ ਤੁਸੀਂ ਜਿਹੜੀ ਆ ਸਕਾਲਰਸ਼ਿਪ ਲੈ ਸਕਦੇ ਹੋ ਸਕਦਾ ਤੁਹਾਡੇ ਮਾਰਕਸ ਵਧੀਆ ਹੋਣ, ਤੁਸੀਂ ਪ੍ਰੈਕਟੀਕਲ ਉਸ ਚੀਜ਼ ਦੀ ਨੌਲੇਜ ਲਈ ਹੋਈ ਹੋਵੇ, ਅਤੇ ਉਸ ਫੀਲਡ ਦੇ ਵਿੱਚ ਤੁਹਾਨੂੰ ਕੰਪਨੀ ਦੇ ਵਿੱਚ ਕੋਈ ਵਧੀਆ ਜੋਬ ਮਿਲ ਜੇ। ਹੁਣ ਆਪਾਂ ਖੁਦ ਸੋਚੀਏ, ਇੱਕ ਸਟੂਡੈਂਟ ਦਾ ਜਿਹੜਾ ਇੱਥੋਂ ਸਿਰਫ ਪਹਿਲਾਂ ਸਟੱਡੀ ਦਾ ਮੋਟਿਵ ਲੈ ਕੇ ਜਾਂਦਾ, ਵਧੀਆ ਨੰਬਰ ਲੈਂਦਾ ਅਤੇ ਕੰਪਨੀ ਦੇ ਵਿੱਚ ਜੋਬ ਕਰਦਾ, ਸੈਕਿੰਡ ਸਟੂਡੈਂਟ ਕੀ ਹੈ ਜੀ, ਉਹਨੇ ਸਟੱਡੀ ਦੇ ਨਾਲ ਨਾਲ ਵੀ ਪਹਿਲਾਂ ਲੇਬਰ ਟਾਈਮ ਜਿਹੜਾ ਲੇਬਰ ਜੋਬ ਕੀਤੀ, ਘੱਟ ਕਾਲਜ ਗਿਆ, ਸਟੱਡੀ ਦੇ ਵਿੱਚੋਂ ਚਲੋ ਐਵਰੇਜ ਕਹੂੰਗਾ ਮੈਂ, ਐਵਰੇਜ ਰਹਿ ਗਿਆ, ਉਸ ਤੋਂ ਬਾਅਦ ਵੀ ਉਹਨੂੰ ਸਟੋਰ ਦੇ ਵਿੱਚ ਕੰਮ ਕਰਨਾ ਪੈ ਰਿਹਾ ਜਾਂ ਲੇਬਰ ਜੋਬਸ ਆਰਲੀ ਬੇਸਿਸ ਦੇ ਉੱਤੇ ਜੋਬ ਕਰ ਰਿਹਾ। ਹੁਣ ਇਹਨਾਂ ਦੋਹਾਂ ਕੇਸਿਸ ਦੇ ਵਿੱਚ ਆਪਾਂ ਆਪ ਸੋਚੀਏ ਤਾਂ PR ਕਿਹਨੂੰ ਪਹਿਲਾਂ ਮਿਲੂਗੀ? PR 'ਚ ਤਾਂ ਨਾਲੇ ਉਹਨੂੰ ਫਿਰ ਰੈਲੀਵੈਂਟ ਜਿਹੜਾ ਇੱਕ ਐਕਸਪੀਰੀਅੰਸ ਵੀ ਦਿਖਾਉਣਾ ਪੈਂਦਾ, ਫਿਰ ਉਹ ਫਿਰ ਫੇਕ ਐਕਸਪੀਰੀਅੰਸ ਬਣਾਉਣ 'ਤੇ ਪੈਸੇ ਲਾਉਣੇ ਪੈਂਦੇ, ਹੈ ਨਾ, ਉਹ ਜਿਹੜੇ ਪਹਿਲਾਂ ਕਮਾਏ ਸੀ ਬਾਅਦ 'ਚ ਲਾ ਦਿੱਤੇ। ਹਾਂਜੀ, ਉਹ ਇਹੀ ਚੀਜ਼ ਆ ਜਾਂਦੀ ਹੈ ਜੀ ਬਾਅਦ 'ਚ, ਜਦੋਂ ਬੱਚਾ ਜਿਹੜਾ ਉਹਨੂੰ ਆਪਣੀ ਫੀਲਡ ਦੇ ਵਿੱਚ ਐਕਸਪੀਰੀਅੰਸ ਨਹੀਂ ਮਿਲਿਆ ਹੁੰਦਾ, ਫਿਰ ਉਹਨੂੰ ਫੇਕ ਦਿਖਾਉਣੇ ਪੈਂਦੇ ਨੇ, ਉਹ ਪੈਸੇ ਉੱਧਰ ਵੇਸਟ ਕਰ ਦਿੰਦਾ ਅਤੇ ਨਾਲ ਨਾਲ ਟਾਈਮ ਜਿਹੜਾ ਉਹਨੇ ਕੁਛ ਇੱਦਾਂ ਦੀ ਜੋਬ ਦੇ ਵਿੱਚ ਸਪੈਂਡ ਕਰਤਾ ਹੁੰਦਾ ਜਿਹੜੇ ਆਰਲੀ ਬੇਸਿਸ ਉਹਨੂੰ ਪੇ ਮਿਲਦੀ ਆ। ਸੈਕਿੰਡ ਥਿੰਗ ਇੱਕ ਇਹ ਵੀ ਆ ਜਾਂਦੀ ਹੈ ਜੀ ਕਿ ਮੰਨ ਲਓ ਤੁਸੀਂ ਇੱਕ ਚੀਜ਼ ਦੇ ਵਿੱਚ ਸਟੱਡੀ ਕੀਤੀ ਆ, ਤੁਹਾਡਾ ਮਾਇੰਡ ਆ ਜਿਹੜਾ ਉਸ ਪਰਟੀਕੁਲਰ ਸਟੱਡੀ ਨੂੰ ਲੈ ਕੇ ਜਿਹੜਾ ਐਕਟਿਵ ਹੋ ਜਾਂਦਾ, ਚੱਲਣ ਲੱਗ ਜਾਂਦਾ ਆਪਾਂ ਕਹੀਏ, ਹੈ ਨਾ। ਹੁਣ ਤੁਸੀਂ ਇੱਕ ਆਪਣੀ ਫੀਲਡ ਦੇ ਵਿੱਚ ਜੋਬ ਕਰ ਰਹੇ ਹੋ, ਡੈਫੀਨੇਟਲੀ ਤੁਸੀਂ ਉੱਥੇ ਕੁਛ ਨਾ ਕੁਛ ਕ੍ਰੀਏਟਿਵ ਕਰੋਗੇ, ਤੁਹਾਨੂੰ ਲੱਗੂਗਾ, ਤੁਹਾਨੂੰ ਪਤਾ ਹੋਊਗਾ ਵੀ ਯਾਰ ਜੇ ਮੈਂ ਇਸ ਲੈਵਲ ਦਾ ਇੰਨੇ ਲੈਵਲ ਤੱਕ ਕੰਮ ਕਰੂੰਗਾ ਤਾਂ ਮੈਂ ਡੈਫੀਨੇਟਲੀ ਮੇਰੀ ਜਿਹੜੀ ਆ ਪ੍ਰਮੋਸ਼ਨ ਹੋ ਜੂਗੀ ਜਾਂ ਮੇਰੀ ਪੇ ਵਧੂਗੀ, ਕਿਉਂਕਿ ਇਹ ਤਾਂ ਹੈ ਹੀ ਆ ਜੀ ਕਿ ਜਦੋਂ ਕੋਈ ਬੰਦਾ ਆਪਾਂ ਨੂੰ ਪੇ ਕਰ ਰਿਹਾ, ਜਿੰਨਾ ਆਪਾਂ ਵਧੀਆ ਕੰਮ ਕਰਾਂਗੇ ਉਹਦੇ ਬਿਹਾਫ ਦੇ ਉੱਤੇ ਆਪਣੇ ਗ੍ਰੇਡਸ ਦੇ ਅਕੋਰਡਿੰਗ ਜਿਹੜਾ ਆਪਣਾ ਐਕਸਪੀਰੀਅੰਸ ਦੇ ਅਕੋਰਡਿੰਗ ਸਾਨੂੰ ਜਿਹੜੀ ਆ ਪ੍ਰਮੋਸ਼ਨ ਮਿਲਣੀ ਆ। ਬਟ ਜਦੋਂ ਤੁਸੀਂ ਲੇਬਰ ਜੋਬ ਕਰ ਰਹੇ ਹੋ, ਸ਼ਿਫਟਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਜੋਬਸ ਕਰ ਰਹੇ ਹੋ, ਉੱਥੇ ਤੁਸੀਂ ਕੀ ਕ੍ਰੀਏਟੀਵਿਟੀ ਕਰ ਸਕਦੇ ਹੋ, ਹੈ ਨਾ। ਜਦੋਂ ਤੁਸੀਂ ਇੱਕ ਤੁਹਾਡੀ ਲਾਈਨ ਬਣੀ ਹੋਈ ਆ, ਤੁਹਾਨੂੰ ਪਿੱਛੋਂ ਐਕਸਪੀਰੀਅੰਸ ਆ, ਤੁਹਾਨੂੰ ਤੁਸੀਂ ਉਹਨਾਂ ਚੀਜ਼ਾਂ
ਨੰਬਰ ਦਿਖਾਇਆ ਜਾ ਰਿਹਾ, ਕਾਲ ਕਰ ਸਕਦੇ ਹੋ, ਕਾਲ ਕਰਕੇ ਕੋਈ ਵੀ ਜਾਣਕਾਰੀ ਜਿਹੜੀ ਲੈਣਾ ਚਾਹੁੰਦੇ ਹੋ ਸਟੂਡੈਂਟ ਵੀਜ਼ਾ ਦੇ ਬਾਰੇ ਉਹ ਲਈ ਜਾ ਸਕਦੀ। ਕਿਸੇ ਵੀ ਕੰਟਰੀ ਦੇ ਸਟੂਡੈਂਟ ਵੀਜ਼ਾ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਪਲਾਈ ਕਰ ਸਕਦੇ ਹੋ, ਜਾਣਕਾਰੀ ਲੈ ਸਕਦੇ ਹੋ, ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਫਰੀ ਆਫ ਕੋਸਟ ਤੁਹਾਨੂੰ ਦਿੱਤੀ ਜਾਏਗੀ। ਸੋ ਕੈਨੇਡਾ ਜਨਵਰੀ ਇਨਟੇਕ ਦੇ ਲਈ ਹੁਣ ਐਡਮਿਸ਼ਨ ਚੱਲ ਰਹੀਆਂ ਨੇ ਨਾ, ਜਾਂ ਮਈ ਦੇ ਲਈ ਵੀ ਕਿਤੇ ਨਾ ਕਿਤੇ ਕਾਲਜਸ ਓਪਨ ਨੇ, ਜਨਵਰੀ ਦੇ ਲਈ ਕਿੰਨੀਆਂ ਕੁ ਸੀਟਸ ਜਿਹੜੀਆਂ ਬੱਚਿਆਂ ਦੇ ਕੋਲ ਰਹਿ ਗਈਆਂ? ਦੇਖੋ ਜੀ, ਹਜੇ ਤਾਂ ਸਟਾਰਟ ਕਹੂੰਗਾ ਮੈਂ, ਹਲੇ ਆਪਣੇ ਕੋਲ ਅਵੇਲੇਬਲ ਹੈਗੀਆਂ ਨੇ ਆਪਸ਼ਨਸ, ਬਟ ਕਿਤੇ ਨਾ ਕਿਤੇ ਇਹ ਹੁੰਦਾ ਜੀ, ਜਿਵੇਂ ਹੁਣ ਕੋਈ ਚੰਗਾ ਕਾਲਜ ਆ ਹੈ ਨਾ, ਚੰਗੀ ਯੂਨੀਵਰਸਿਟੀ ਆ, ਜਿਹੜੀਆਂ ਫੇਮਸ ਕਹਿ ਦਿੰਦੇ ਆਪਾਂ, ਜਾਂ ਬੱਚਿਆਂ ਦੇ ਜ਼ੁਬਾਨ 'ਤੇ ਹੁੰਦੀਆਂ ਨੇ ਵੀ ਆਹ ਕਾਲਜ ਨੇ, ਉੱਥੇ ਕੀ ਹੁੰਦਾ ਵੀ ਜਦੋਂ ਸਟੂਡੈਂਟਸ ਆਉਣੇ ਸਟਾਰਟ ਹੁੰਦੇ ਨੇ, ਆਪਾਂ ਕਹਿੰਦੇ ਹਾਂ ਵੀ ਫਸਟ ਪ੍ਰਾਇਓਰਟੀ ਬਣ ਜਾਂਦੀ ਹੈ ਬੱਚਿਆਂ ਦੀ, ਬੱਚਾ ਸੋਚਦਾ ਵੀ ਨਹੀਂ ਜੀ ਮੈਂ ਤਾਂ ਇਸੇ ਕਾਲਜ 'ਚ ਐਡਮਿਸ਼ਨ ਲਵਾਂ, ਫਿਰ ਉਹ ਕੰਪੀਟੀਸ਼ਨ ਵੱਧਦਾ ਜਾਂਦਾ। ਜਿਵੇਂ ਜਿਵੇਂ ਹੁਣ ਤੋਂ ਲੈ ਕੇ ਆਪਾਂ ਕਹੀਏ ਵੀ ਜਨਵਰੀ ਇਨਟੇਕ ਦੇ ਲਈ ਸਟੂਡੈਂਟ ਸਾਡੇ ਕੋਲ ਆਉਣ ਲੱਗ ਜਾਣਗੇ, ਜਿਵੇਂ ਜਿਵੇਂ ਟਾਈਮ ਲੰਘਦਾ ਜਾਊਗਾ ਤਾਂ ਕੀ ਆ, ਬੱਚਿਆਂ ਲਈ ਆਪਸ਼ਨਸ ਘੱਟਦੀਆਂ ਜਾਣਗੀਆਂ। ਹੁਣ ਸਾਡੇ ਟਾਈ ਅਪਸ ਨੇ, ਆਪਾਂ ਉਹਨਾਂ ਨੂੰ ਸਾਰੀ ਲਿਸਟ ਪ੍ਰੋਵਾਈਡ ਕਰਵਾ ਦਾਂਗੇ ਵੀ ਆਹ ਆਹ ਕਾਲਜਸ ਨੇ, ਇਹਨਾਂ ਦੇ ਵਿੱਚ ਤੁਸੀਂ ਜਿਹੜੀ ਐਡਮਿਸ਼ਨ ਲੈ ਸਕਦੇ ਹੋ ਹੈ ਨਾ, ਜਾਂ ਉਹ ਨੈਕਸਟ ਇਨਟੇਕ ਹੋਵੇ ਉਹਦੇ ਲਈ ਸਾਡੇ ਕੋਲ ਸਾਰੀਆਂ ਆਪਸ਼ਨਸ ਅਵੇਲੇਬਲ ਨੇ। ਬਟ ਜਿਵੇਂ ਜਿਵੇਂ ਉਹ ਕਾਲਜ ਫੁੱਲ ਹੁੰਦੇ ਜਾਣਗੇ, ਬੱਚਿਆਂ ਲਈ ਆਪਸ਼ਨਸ ਘੱਟਦੀਆਂ ਜਾਣਗੀਆਂ ਹੈ ਨਾ, ਕਿਤੇ ਨਾ ਕਿਤੇ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪਊਗਾ। ਇੱਕ ਚੀਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਦੋਂ ਸਟੂਡੈਂਟ ਨੇ ਆਪਣਾ ਮਾਇੰਡ ਬਣਾ ਹੀ ਲਿਆ, ਜਦੋਂ ਆਪਾਂ ਸੋਚ ਲਿਆ ਵੀ ਯਾਰ ਵੀ ਜਿਹੜਾ ਸਾਡਾ ਨੈਕਸਟ ਆ, ਵੀ ਅਸੀਂ ਪਲੱਸ ਟੂ ਕੀਤੀ ਇੱਥੋਂ, ਚਾਹੇ ਗ੍ਰੈਜੂਏਸ਼ਨ ਕੀਤੀ ਆ, ਵੀ ਅਸੀਂ ਬਾਹਰ ਸਟੱਡੀ ਕਰਨੀ ਆ, ਹੁਣ ਵੀ ਅਸੀਂ ਅਗਲਾ ਜਿਹੜਾ ਕੋਰਸ ਆ ਆਪਾਂ ਬਾਹਰ ਜਾ ਕੇ ਸਟੱਡੀ ਕਰਨੀ ਆ, ਬਟ ਬੱਚੇ ਉਹ ਡਿਸੀਜ਼ਨ ਤਾਂ ਬਣਾ ਲੈਂਦੇ ਨੇ, ਉਹਨਾਂ ਐਕਟਿਵਲੀ ਉਹਨੂੰ ਜਿਹੜਾ ਉਹਦੇ 'ਤੇ ਰਿਐਕਟ ਨਹੀਂ ਕਰਦੇ ਹੈ ਨਾ, ਥੋੜ੍ਹਾ ਕਿਤੇ ਨਾ ਕਿਤੇ ਡਿਲੇ ਕਰਦੇ ਰਹਿੰਦੇ ਨੇ, ਇਸੇ ਕਰਕੇ ਸੈਸ਼ਨ ਮਿਸ ਹੁੰਦੇ ਆ। ਬੱਚੇ ਸੋਚਦੇ ਚਲੋ ਜੀ ਹਜੇ ਤਾਂ ਟਾਈਮ ਪਿਆ, ਜਾਂ ਮੈਂ ਆਪਣੇ ਫਰੈਂਡ ਸਰਕਲ ਵੀ ਉਹ ਫਲਾਣੇ ਨੇ ਜਾਣਾ ਜੀ, ਉਹਦੇ ਨਾਲ ਜਾ ਕੇ ਕੰਸਲਟੈਂਟ ਜਿਹੜਾ ਅਸੀਂ ਸਿਲੈਕਟ ਕਰਾਂਗੇ, ਜਾਂ ਫੀਸ ਭਰ ਕੇ ਆਵਾਂਗੇ, ਜਾਂ ਉਹਨਾਂ ਤੋਂ ਡਾਕੂਮੈਂਟ ਪੁੱਛਾਂਗੇ। ਸੋ ਉਹ ਚੀਜ਼ਾਂ ਲੰਘਦੇ ਲੰਘਦੇ ਟਾਈਮ ਲੱਗ ਜਾਂਦਾ, ਤੁਸੀਂ ਦੇਖਿਆ ਹੋਊਗਾ ਜਿੰਨੇ ਬੱਚਿਆਂ ਦੇ ਸੈਸ਼ਨ ਮਿਸ ਹੁੰਦੇ ਨੇ ਉਹ ਇਸੇ ਕਰਕੇ ਹੁੰਦੇ ਨੇ, ਕਿਤੇ ਨਾ ਕਿਤੇ ਜਿਵੇਂ ਪਹਿਲਾਂ ਸੀਗਾ ਵੀ ਆਫਰ ਲੈਟਰਸ ਨੂੰ ਬਹੁਤ ਡਿਲੇ ਹੋਈ ਆ, ਜੇ ਆਪਾਂ ਪਿਛਲੇ 6 ਮਹੀਨੇ ਪਹਿਲਾਂ ਦੀ ਗੱਲ ਕਰੀਏ, ਕਾਫੀ ਜ਼ਿਆਦਾ ਜਿਹੜਾ ਮਹੀਨਾ ਮਹੀਨਾ ਦੋ ਦੋ ਮਹੀਨੇ ਆਫਰ ਲੈਟਰ ਨਹੀਂ ਆਏ ਬੱਚਿਆਂ ਦੇ, ਫਿਰ ਉੱਥੇ ਕੀ ਹੁੰਦਾ ਜੀ, ਉੱਥੇ ਇੱਕ ਤਾਂ ਪਹਿਲਾਂ ਤੁਸੀਂ ਲੇਟ ਹੋ, ਠੀਕ ਆ, ਉਹ ਸੈਕਿੰਡ ਫਿਰ ਉਹਦੇ ਕੋਲ ਇੱਕ ਹੀ ਆਪਸ਼ਨ ਬਚਦੇ ਵੀ ਸੈਸ਼ਨ ਮਿਸ ਹੁੰਦਾ ਬੱਚੇ ਦਾ, ਅਗਲੇ ਜਿਹੜਾ ਇਨਟੇਕ ਦੇ ਲਈ ਬੱਚੇ ਨੂੰ ਅਪਲਾਈ ਕਰਨਾ ਪੈਂਦਾ, ਫਿਰ ਉਹ ਕੀ ਆ, ਨੈਗੇਟਿਵਿਟੀ ਆਉਂਦੀ ਆ ਕਿਤੇ ਨਾ ਕਿਤੇ, ਕਿਉਂਕਿ ਉਹ ਟਾਈਮ ਤੁਸੀਂ ਆਲਰੇਡੀ ਵਿਹਲੇ ਹੁੰਦੇ ਹੋ, ਤੁਹਾਡੇ ਕੋਲ ਕੰਮ ਨਹੀਂ ਹੁੰਦਾ, ਤੁਸੀਂ ਸਟੱਡੀ ਕਰ ਨਹੀਂ ਰਹੇ ਹੁੰਦੇ, ਤਾਂ ਉਹ ਫਰੀ ਟਾਈਮ ਤੁਹਾਨੂੰ ਫਿਰ ਕਿਤੇ ਨਾ ਕਿਤੇ ਜੇ ਗੈਪ ਆਲਰੇਡੀ ਪਹਿਲਾਂ ਹੈਗਾ ਸੀ, ਫਿਰ ਉਹ ਕਵਰ ਕਰਨੇ ਵੀ ਔਖੇ ਹੋ ਜਾਂਦੇ ਨੇ। ਕਿਉਂ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਵੀ ਜੇ ਤੁਸੀਂ ਡਿਸੀਜ਼ਨ ਲੈ ਲਿਆ ਵੀ ਤੁਸੀਂ ਸੋਚਿਆ ਵੀ ਮੈਂ ਅਪਲਾਈ ਕਰਨਾ, ਤਾਂ ਤੁਸੀਂ ਅੱਜ ਤੋਂ ਹੀ ਜਿਹੜਾ ਐਕਟਿਵ ਹੋ ਜਾਓ, ਤੁਸੀਂ ਉਹ ਚਾਹੇ ਤੁਹਾਡੀ ਆਪਦੀ ਸਟੱਡੀ ਸੈਲਫ ਸਟੱਡੀ ਹੋ ਜਾਵੇ, ਤੁਸੀਂ ਹੋਮਵਰਕ ਕਰੋ ਵੀ, ਤੁਸੀਂ ਦੇਖੋ ਕਿਹੜੇ ਕਾਲਜ ਨੇ ਜਾਂ ਕਿਹੜਾ ਕੀ ਕ੍ਰਾਈਟੇਰੀਆ, ਕਿਹੜੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ, ਉਹ ਸਾਰੀਆਂ ਚੀਜ਼ਾਂ ਤੁਸੀਂ ਕਰਦੇ ਕਰਦੇ ਨਾਲ ਨਾਲ ਤੁਹਾਨੂੰ ਐਟਲੀਸਟ ਤੁਹਾਨੂੰ ਆਈਡੀਆ ਹੋਜੂਗਾ ਇੱਕ ਹੈ ਨਾ, ਵੀ ਮੇਰੇ ਇੰਨੇ ਬੈਂਡ ਸਕੋਰ ਨੇ ਤਾਂ ਮੈਂ ਡੈਫੀਨੇਟਲੀ ਜਾ ਸਕਦਾ ਜਾਂ ਨਹੀਂ ਜਾ ਸਕਦਾ। ਆਨਲਾਈਨ ਜਿਹੜਾ ਸਾਰਾ ਕੁਝ ਪਿਆ, ਉਸ ਤੋਂ ਬਾਅਦ ਤੁਸੀਂ ਕੰਸਲਟੈਂਟ ਦੀ ਸਿਲੈਕਸ਼ਨ ਕਰ ਲੈਂਦੇ ਹੋ, ਤੁਹਾਨੂੰ ਨਾਲ ਨਾਲ ਜਿਹੜਾ ਅਕੋਰਡਿੰਗ ਟੂ ਜਿਹੜਾ ਫੀਡਬੈਕ ਦੇ ਵੀ ਤੁਸੀਂ ਡਾਕੂਮੈਂਟ ਇਕੱਠੇ ਕਰਦੇ ਰਹਿੰਦੇ ਹੋ, ਕਿਉਂਕਿ ਦੇਖੋ ਇਹ ਤਾਂ ਹੈ ਨਹੀਂ ਜੀ ਕਿ ਆਪਣੇ ਕੋਲ ਸਾਰਾ ਕੁਝ ਘਰੇ ਪਿਆ ਹੁੰਦਾ ਅਤੇ ਆਪਾਂ ਸਵੇਰੇ ਗਏ ਜੀ ਸਾਰੇ ਡਾਕੂਮੈਂਟ ਜਿਹੜੇ ਸਬਮਿਟ ਕਰਤੇ, ਥੋੜ੍ਹੇ ਦਿਨਾਂ 'ਚ ਹੀ ਫਾਈਲ ਤਿਆਰ ਹੋਊਗੀ, ਆਪਾਂ ਅਪਲਾਈ ਕਰਤਾ। ਕਿਉਂਕਿ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੀ ਗੱਲ ਕਰ ਲਈ, ਆਪਾਂ ਨੂੰ ਵੀ ਪਤਾ ਵੀ ਜਿਹੜੇ ਡਾਕੂਮੈਂਟੇਸ਼ਨ ਪਾਰਟ ਆ ਉਹ ਕਲੈਕਟ ਕਰਨ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਨਾ, ਇੱਕ ਇੱਕ ਦੋ ਦੋ ਦਿਨ ਦੇ ਕੰਮ ਹੁੰਦੇ ਨੇ, ਹਫ਼ਤਾ ਹਫ਼ਤਾ 15-15 ਦਿਨ ਵੀ ਵੇਸਟ ਹੋ ਜਾਂਦੇ ਨੇ ਆਪਣੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਨਾਲ ਲੈ ਕੇ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਆ, ਤੁਸੀਂ ਨੇ ਕਾਲਜ ਵੀ ਚੂਜ਼ ਕਰਨਾ, ਕੋਰਸ ਵੀ ਚੂਜ਼ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੋਈ ਇੰਨੀਆਂ ਲਾਈਟ ਲੈਣ ਵਾਲੀਆਂ ਨਹੀਂ। ਮੈਨੂੰ ਲੱਗਦਾ ਵੀ ਜਦੋਂ ਤੁਸੀਂ ਸਟੱਡੀ ਕਰਨ ਜਾ ਰਹੇ ਹੋ, ਆਪਾਂ ਉਰੇ ਵੀ ਕਾਲਜ ਕਿਸੇ ਪੜ੍ਹਨ ਲੱਗਣਾ ਹੁੰਦਾ ਤਾਂ ਆਪਾਂ 100 ਵਾਰ ਸੋਚਦੇ ਹਾਂ ਵੀ ਉਹਨੂੰ ਪੁੱਛ ਲਓ, ਫਲਾਣੇ ਨੂੰ ਪੁੱਛ ਲਓ ਵੀ ਉਹਦੇ ਵਿੱਚ ਕਾਲਜ ਦੇ ਜਿਹੜੀ ਆ ਕੀ ਵੈਲਿਊ ਆ, ਸਟੱਡੀ ਕਰਨ ਤੋਂ ਬਾਅਦ ਉਹਨਾਂ ਨੂੰ ਜੋਬ ਮਿਲਦੀ ਆ ਜਾਂ ਨਹੀਂ ਮਿਲਦੀ, ਆਪਾਂ ਫੀਡਬੈਕ ਵੀ ਲੈਂਦੇ ਹਾਂ, ਸਾਰਾ ਕੁਝ ਕਰਦੇ ਹਾਂ। ਬਟ ਜਦੋਂ ਆਪਾਂ ਬਾਹਰ ਬਾਰੇ ਸੋਚਦੇ ਹਾਂ, ਉਦੋਂ ਆਪਾਂ ਨੂੰ ਐਂ ਹੁੰਦਾ ਵੀ ਬਸ ਸਾਨੂੰ ਤਾਂ ਜੀ ਭੇਜ ਦਿਓ ਵੀ ਅਸੀਂ ਹੋਰ ਸਾਨੂੰ ਕਿਸੇ ਚੀਜ਼ ਨਾਲ ਲੈਣਾ ਦੇਣਾ ਨਹੀਂ ਹੈਗਾ ਜੀ। ਸੋ 2 ਮਿੰਟ ਦਾ ਸਮਾਂ ਬਚਿਆ, ਆਸਟ੍ਰੇਲੀਆ ਦੀ ਮੈਂ ਗੱਲ ਕਰਨੀ ਚਾਹਾਂਗਾ। ਕਾਫੀ ਚੰਗੇ ਤਰੀਕੇ ਦੇ ਨਾਲ ਜਿਹੜੇ ਵੀਜ਼ਾਜ਼ ਆ ਰਹੇ ਨੇ, ਹਰ ਇੱਕ ਕੰਸਲਟੈਂਟਸ ਵੱਲੋਂ ਵੀਜ਼ਾ ਦਿਖਾਏ ਜਾ ਰਹੇ ਹਨ, ਕਿਸ ਤਰੀਕੇ ਦੀ ਪ੍ਰੋਫਾਈਲ ਮੈਂ ਕਹਾਂਗਾ ਕਿ ਅੱਜ ਜਿਹੜੇ ਆਸਟ੍ਰੇਲੀਆ ਦੇ ਲਈ ਅਪਲਾਈ ਕਰ ਸਕਦੇ? ਦੇਖੋ ਜੀ, ਸਟੂਡੈਂਟਸ ਸਾਡੇ ਕੋਲ ਹਰ ਤਰ੍ਹਾਂ ਦਾ ਆਉਂਦਾ, ਅਲੱਗ ਵੱਖੋ ਵੱਖਰੇ ਬੈਂਡ ਸਕੋਰ ਹੁੰਦੇ ਨੇ, ਵੱਖੋ ਵੱਖਰੀਆਂ ਪ੍ਰੋਫਾਈਲਸ ਹੁੰਦੀਆਂ ਨੇ ਹੈ ਨਾ, ਆਪਾਂ ਮੈਨੂੰ ਨਹੀਂ ਲੱਗਦਾ ਵੀ ਕੈਟਾਗਰਾਈਜ਼ ਨਹੀਂ ਕਰ ਸਕਦੇ ਹੁੰਦੇ ਹੈ ਨਾ ਵੀ, ਕਿਉਂਕਿ ਕੰਪੈਟੇਬਿਲਟੀ ਬਣਦੀ ਆ। ਦੇਖੋ, ਕਿਸੇ ਦੇ ਮਾਰਕਸ ਜ਼ਿਆਦਾ ਹੁੰਦੇ ਆ, ਬੈਂਡ ਸਕੋਰ ਥੋੜ੍ਹਾ ਬਹੁਤਾ ਘੱਟ ਵੱਧ ਚੱਲ ਜਾਂਦਾ, ਸੋ ਕਾਲਜ ਦੀ ਸਿਲੈਕਸ਼ਨ ਹੁੰਦੀ ਆ, ਕੋਰਸ ਦੀ ਕੰਪੈਟੇਬਿਲਟੀ ਬਣਨੀ ਹੁੰਦੀ ਆ। ਬਟ ਕੀ ਆ ਜੀ, ਸਾਡੇ ਕੋਲ ਵੀ ਪਿਛਲੇ ਮੈਂ 15-20 ਦਿਨ ਦੀ ਗੱਲ ਕਰਾਂ, ਰੀਸੈਂਟਲੀ ਰੈਗੂਲਰ ਵੀਜ਼ਾ ਸਾਡੇ ਕੋਲ ਜਿਹੜੇ ਸਟੂਡੈਂਟਸ ਦੇ ਆ ਰਹੇ ਨੇ, ਵਧੀਆ ਪ੍ਰੋਫਾਈਲ
ਕਿੰਨੇ ਬੈਂਡ ਸਕੋਰ ਤੇ 5.5-6 ਬੈਂਡ ਸਕੋਰ ਨੇ ਬੱਚਿਆਂ ਦੇ, ਕਿੱਦਾਂ ਦੇ ਕੋਰਸ ਚੂਜ਼ ਕੀਤੇ ਗਏ ਸੀਗੇ, ਹੈ ਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰੈਗੂਲਰ ਬੇਸਿਸ ਦੇ ਉੱਤੇ ਸਾਡੇ ਕੋਲ ਸਟੂਡੈਂਟ ਆ ਵੀ ਰਹੇ ਨੇ, ਦੇਖ ਵੀ ਰਹੇ ਨੇ, ਅਤੇ ਜੋ ਤੁਸੀਂ ਵੀ ਆਉਂਦੇ ਹੋ ਡੈਫੀਨੇਟਲੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ, ਪ੍ਰੋਫਾਈਲਸ ਵੀ ਦਿਖਾ ਸਕਦੇ ਹਾਂ, ਕਿਉਂਕਿ ਇੱਕ ਪੋਜ਼ਿਟਿਵ ਮੈਂ ਕਹੂੰਗਾ ਜਦੋਂ ਤੋਂ ਚੇਂਜ ਹੋਇਆ, ਥੋੜ੍ਹਾ ਜਿਹਾ ਕੈਟੇਗਰੀ ਚੇਂਜ ਕੀਤੀ ਗਈ ਆ, ਉਦੋਂ ਤੋਂ ਪੋਜ਼ਿਟਿਵ ਚੇਂਜ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦੇ ਵਿੱਚ, ਕਾਫੀ ਸਟੂਡੈਂਟ ਜਿਹੜੇ ਨੇ ਪੋਜ਼ਿਟਿਵ ਵੇ ਦੇ ਵਿੱਚ ਸਾਡੇ ਕੋਲ ਆ ਰਹੇ ਨੇ ਵੀ ਸਾਡਾ ਜਿਹੜਾ ਡੈਫੀਨੇਟਲੀ ਵੀ ਅਪਲਾਈ ਕਰੋ, ਕਿਉਂਕਿ ਕਈ ਵਾਰੀ ਇਹ ਹੁੰਦਾ ਬੱਚੇ ਸੋਚਦੇ ਨੇ ਜੇ ਕੈਨੇਡਾ ਨਹੀਂ ਤਾਂ ਆਸਟ੍ਰੇਲੀਆ ਵੀ ਅਸੀਂ ਸੈਕਿੰਡ ਆਪਸ਼ਨ ਰੱਖ ਸਕਦੇ ਹਾਂ ਇਹਨੂੰ, ਬਟ ਹੁਣ ਕਿਤੇ ਨਾ ਕਿਤੇ ਡਿਸੀਜ਼ਨ ਵੀ ਕਲੀਅਰ ਹੋਏ ਨੇ ਬੱਚਿਆਂ ਦੇ। ਸੋ ਜਿਹੜੇ ਬੱਚੇ ਮਿਲਣਾ ਚਾਹੁੰਦੇ ਨੇ ਡਾਕੂਮੈਂਟਸ ਸਮੇਤ, ਵਿਜ਼ਿਟ ਕਰਨਾ ਚਾਹੁੰਦੇ ਨੇ, ਕਿੱਥੇ ਆ ਕੇ ਅਤੇ ਕਿਵੇਂ ਜਿਹੜੇ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਨੇ? ਕਿਸੇ ਵੀ ਟਾਈਮ ਜਿਹੜਾ ਸਕਰੀਨ ਦੇ ਉੱਤੇ ਨੰਬਰ 'ਤੇ ਤੁਸੀਂ ਕਾਲ ਕਰਕੇ ਸਾਡੇ ਕੋਲ ਜਿਹੜਾ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ, ਤੁਹਾਨੂੰ ਬੈਕ ਕਾਲ ਆਜੂਗੀ। ਉਸ ਤੋਂ ਬਾਅਦ ਕੀ ਆ ਕਿ 3B2 ਦੇ ਵਿੱਚ ਸਾਡਾ ਜਿਹੜਾ ਆਫਿਸ ਆ ਉੱਥੇ ਮੋਹਾਲੀ ਦੇ ਵਿੱਚ, ਉਹ ਵੀ ਤੁਸੀਂ ਐਨੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ, ਅਪਾਇੰਟਮੈਂਟ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਪਹਿਲਾਂ ਲੈ ਕੇ ਆਓ, ਬਾਕੀ ਤੁਹਾਡੇ 'ਤੇ ਡਿਪੈਂਡ ਕਰਦਾ, ਤੁਸੀਂ ਫੋਨ 'ਤੇ ਵੀ ਡਿਸਕਸ ਕਰਦੇ ਹੋ, ਹੈ ਨਾ, ਤੁਹਾਨੂੰ ਪਤਾ ਲੱਗ ਜਾਂਦਾ। ਉਸ ਤੋਂ ਬਾਅਦ ਮੈਂ ਕਹੂੰਗਾ ਵੀ ਵਿਜ਼ਿਟ ਜ਼ਰੂਰ ਕਰੋ, ਕਿਉਂਕਿ ਕੀ ਆ ਜੀ ਕਿ ਡਿਸੀਜ਼ਨ ਮੇਕਰ ਜਿਹੜਾ ਤੁਹਾਡਾ ਫੈਮਿਲੀ ਦਾ, ਉਹਨੂੰ ਨਾਲ ਲੈ ਕੇ ਜ਼ਰੂਰ ਆਇਓ, ਇੱਕ ਐਕਸਪੀਰੀਅੰਸ ਗੇਨ ਕਰਨਾ ਬਹੁਤ ਜ਼ਰੂਰੀ ਆ, ਹੈ ਨਾ। ਮੈਂ ਕਦੇ ਨਹੀਂ ਕਹਿੰਦਾ ਹੁੰਦਾ ਵੀ ਸਾਡੇ ਕੋਲ ਜੇ ਆਉਂਦੇ ਹੋ ਤਾਂ ਸਾਡੇ ਕੋਲ ਹੀ ਆਓ, ਇਕੱਲੇ 2-3-4 ਕੰਸਲਟੈਂਟ ਨੂੰ ਤੁਸੀਂ ਮਿਲੋ, ਤੁਸੀਂ ਐਟਲੀਸਟ ਕੰਪੇਅਰ ਕਰੋ ਇੱਕ ਵਧੀਆ ਕੰਪਨੀ, ਇੱਕ ਵੱਡੀ ਕੰਪਨੀ ਜਿਹਦੇ ਵਿੱਚ ਹਰ ਜਿਹੜਾ ਮੈਂ ਕਹੂੰਗਾ ਆਸਪੈਕਟ ਦੇ ਉੱਤੇ ਅਲੱਗ ਟੀਮ ਬੈਠੀ ਆ, ਜਿਹਨੇ ਫਾਈਨਾਂਸ ਦਾ ਤਾਂ ਫੰਡਸ ਦਾ ਹੀ ਕੰਮ ਕਰਨਾ, ਜਿਹਨੇ ਡਾਕੂਮੈਂਟੇਸ਼ਨ ਪਾਰਟ ਨਿਭਾਉਣੀ ਆ ਉਹਨੇ ਉਹੀ ਦੇਖਣਾ। ਸੋ ਐਕਸਪਰਟ ਟੀਮ ਇੱਕ ਕਿਵੇਂ ਕੰਮ ਕਰਦੀ ਆ, ਉਸ ਐਕਸਪੀਰੀਅੰਸ ਨੂੰ ਗੇਨ ਕਰਨ ਲਈ ਤੁਸੀਂ ਜ਼ਰੂਰ ਵਿਜ਼ਿਟ ਕਰੋ ਜੀ। ਸ਼ੁਕਰੀਆ ਸਰ ਸ਼ੋਅ ਦੇ ਵਿੱਚ ਆਉਣ ਲਈ, ਸਾਰੀ ਜਾਣਕਾਰੀ ਦੇਣ ਦੇ ਲਈ। ਸੋ ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ ਪ੍ਰੋਗਰਾਮ ਨੂੰ ਦੇਖ ਰਹੇ ਸੀ, ਸਾਡੇ ਤੱਕ ਆਪਣੇ ਸਵਾਲ ਆਪਣੇ ਸੁਝਾਅ ਭੇਜਦੇ ਨੇ। ਕੋਈ ਵੀ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ, ਸਿੱਧਾ ਕੰਟੈਕਟ ਕੀਤਾ ਜਾ ਸਕਦਾ, ਨੰਬਰ ਦਿਖਾਇਆ ਜਾ ਰਿਹਾ, ਇਸ ਨੰਬਰ ਦੇ ਉੱਤੇ ਕਿਸੇ ਵੀ ਵੇਲੇ ਕਾਲ ਜਾਂ ਮੈਸੇਜ ਕਰ ਸਕਦੇ ਹੋ। ਸੋ ਕੁਝ ਬੱਚਿਆਂ ਨੂੰ ਮਿਲਦੇ ਹਾਂ ਜਿਨ੍ਹਾਂ ਦਾ ਸੈਟਲਿੰਗ ਅਬਰੋਡ ਦੇ ਜ਼ਰੀਏ ਸਕਸੈਸਫੁਲੀ ਵੀਜ਼ਾ ਆਇਆ, ਕਿਸ ਤਰ੍ਹਾਂ ਦੀ ਸਰਵਿਸਿਜ਼ ਮਿਲੀਆਂ, ਕਿਵੇਂ ਅਪਲਾਈ ਕੀਤਾ, ਉਹਨਾਂ ਬੱਚਿਆਂ ਕੋਲੋਂ ਸੁਣਦੇ ਹਾਂ। ਮੇਰਾ ਨਾਮ ਸ਼ਿਵਾਂਗੀ ਬੰਸਲ ਹੈ, ਮੈਂ ਕੁਰਾਲੀ ਦੀ ਰਹਿਣ ਵਾਲੀ ਹਾਂ। ਮੈਂ ਆਪਣੀ ਬੀਟੈਕ ਇਲੈਕਟ੍ਰੋਨਿਕਸ ਦੇ ਵਿੱਚ ਕੰਪਲੀਟ ਕੀਤੀ ਆ, ਅਤੇ ਮੈਂ ਹੁਣ ਆਪਣਾ ਫਿਊਚਰ ਕੈਨੇਡਾ ਦੇਖਣਾ ਚਾਹੁੰਦੀ ਸੀ। ਫਿਰ ਮੈਂ ਦੇਖਿਆ, ਬਹੁਤ ਜਗ੍ਹਾ ਸਰਚ ਕੀਤਾ ਕਿ ਮੈਂ ਕਿਹੜੇ ਪ੍ਰੋਵਿੰਸ 'ਚ ਜਾਣਾ, ਕਿ ਕਿੱਥੇ ਆਪਣਾ ਫਿਊਚਰ ਜ਼ਿਆਦਾ ਬ੍ਰਾਈਟ ਕਰ ਸਕਦੀ ਹਾਂ। ਫਿਰ ਮੈਨੂੰ ਕਿਊਬਿਕ ਬਾਰੇ ਪਤਾ ਲੱਗਿਆ ਕਿ ਕਿਊਬਿਕ 'ਚ ਮੈਂ 15 ਮਹੀਨੇ 'ਚ ਆਪਣੀ PR ਲੈ ਸਕਦੀ ਹਾਂ। ਫਿਰ ਮੈਂ ਕਿਊਬਿਕ 'ਚ ਅਪਲਾਈ ਕਰਨ ਲਈ ਸੋਚਿਆ ਕਿ ਮੈਂ ਕਿੱਥੇ ਜਾਵਾਂ। ਫਿਰ ਉਸ ਤੋਂ ਬਾਅਦ ਮੈਂ ਆਪਣੇ ਰਿਲੇਟਿਵਸ ਨਾਲ ਵੀ ਗੱਲ ਕੀਤੀ ਕਿ ਕਿਊਬਿਕ ਲਈ ਕੀ ਕੀ ਫੋਰਮੈਲਿਟੀਜ਼ ਹੈ। ਉਹਨਾਂ ਨੇ ਕਿਹਾ CAQ ਤੁਹਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਲਈ। ਮੇਰੀ ਫਰੈਂਡਸ ਨੇ ਵੀ ਬਹੁਤ ਜਗ੍ਹਾ ਤੋਂ ਆਪਣੇ ਵੀਜ਼ਾ ਕੰਸਲਟੈਂਟ ਕੋਲ ਗਏ, ਉਹਨਾਂ ਦੀ CAQ 1.5 ਸਾਲ ਹੋ ਗਿਆ ਨਹੀਂ ਆਈ। ਫਿਰ ਮੈਨੂੰ ਡਰ ਸੀ ਕਿ ਮੈਂ ਕਿਹਨਾਂ ਕੋਲ ਜਾਵਾਂ ਤਾਂ ਕਿ ਮੈਂ ਆਪਣੀ CAQ ਬਹੁਤ ਜਲਦੀ ਗੈਟ ਕਰ ਲਵਾਂ। ਅਤੇ ਉਸ ਤੋਂ ਬਾਅਦ ਮੈਂ ਐਡ ਦੇਖੀ TV 'ਤੇ ਸੈਟਲਿੰਗ ਐਬਰੋਡ ਵਾਲਿਆਂ ਦੀ, ਉਹ ਗੱਲ ਕਰ ਰਹੇ ਸੀ ਇੱਕ ਦਿਨ ਕਿਊਬਿਕ 'ਚ ਸਟੱਡੀ ਕਰਨ ਦੀ। ਫਿਰ ਮੈਂ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਮੈਨੂੰ ਕੰਸਲਟੈਂਟਲੀ ਬੁਲਾਇਆ ਕਿ ਇੱਕ ਦਿਨ ਤੁਸੀਂ ਆ ਕੇ ਦੇਖੋ। ਉਸ ਤੋਂ ਬਾਅਦ ਉਹਨਾਂ ਨੂੰ ਮੈਂ CAQ ਬਾਰੇ ਦੱਸਿਆ, ਉਹਨਾਂ ਨੇ ਉਹ ਕਹਿੰਦੇ ਕਿ ਤੁਸੀਂ ਅਪਲਾਈ ਕਰੋ ਸਾਡੇ ਕੋਲ। ਅਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ 1.5-2 ਮਹੀਨੇ 'ਚ ਮੇਰੀ CAQ ਲਿਆ ਦਿੱਤੀ। ਤੁਸੀਂ ਮੇਰੀ CAQ ਦੇਖ ਸਕਦੇ ਹਾਂ, ਮੈਂ ਗੈਟ ਕਰ ਲਈ ਆ ਅਤੇ ਮੈਂ ਹੁਣ ਬਹੁਤ ਖੁਸ਼ ਹਾਂ। ਜੇ ਤੁਸੀਂ ਵੀ ਆਪਣੀ CAQ ਜਾਂ ਫਿਰ ਕੈਨੇਡਾ 'ਚ ਕੋਈ ਕਿਤੇ ਵੀ ਵੀਜ਼ਾ ਲਗਵਾਉਣਾ ਤਾਂ ਤੁਸੀਂ ਇੱਕ ਵਾਰ ਸੈਟਲਿੰਗ ਐਬਰੋਡ ਜ਼ਰੂਰ ਆ ਕੇ ਦੇਖਿਓ। ਮੈਂ ਬਹੁਤ ਹੈਪੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਦੀਪ ਸਿੰਘ ਹੈ, ਮੈਂ ਮਾਨਸਾ ਦਾ ਰਹਿਣ ਵਾਲਾ ਅਤੇ ਮੈਂ ਆਪਣੀ +2 2016 ਦੇ ਵਿੱਚ ਕੰਪਲੀਟ ਕੀਤੀ ਸੀ ਨੋਨ ਮੈਡੀਕਲ ਸਟਰੀਮ ਦੇ ਨਾਲ। ਅਤੇ ਉਸ ਤੋਂ ਬਾਅਦ ਮੇਰਾ ਬਾਹਰ ਜਾਣ ਦਾ ਵਿਚਾਰ ਬਣਿਆ ਅਤੇ ਜਿਹਦੇ ਲਈ ਆਹ ਸੀ ਇੱਕ ਜ਼ਰੂਰੀ ਹੈ। ਅਤੇ ਉਸ ਤੋਂ ਬਾਅਦ ਮੈਂ ਆਲਸ ਆਪਣੀ ਕੰਪਲੀਟ ਕੀਤੀ ਜਿਸ ਦੇ ਵਿੱਚ ਮੇਰੇ 6 ਨੋਟ ਲੈਸ ਦੈਨ 5.5 ਐਂਡ ਸੀ। ਅਤੇ ਉਸ ਤੋਂ ਬਾਅਦ ਮੈਂ ਬਰੀ ਸੀ ਵੀ ਮੈਂ ਆਪਣੀ ਫਾਈਲ ਕਿੱਥੋਂ ਦੀ ਕਿਵੇਂ ਸਬਮਿਟ ਕਰਾਂ। ਮੈਂ ਬਹੁਤ ਸਾਰੀਆਂ TV 'ਤੇ ਐਡਸ ਵੇਖਦਾ ਸੀ। ਇੱਕ ਦਿਨ ਮੈਂ ਸੈਟਲਿੰਗ ਅਬਰੋਡ ਸਰਵਿਸ ਦੀ ਐਡ ਦੇਖੀ ਅਤੇ ਮੇਰੇ ਡੈਡ ਨੇ ਮੈਨੂੰ ਸੁਜੈਸਟ ਕੀਤਾ ਵੀ ਇੱਕ ਵਾਰ ਇਹਨਾਂ ਨਾਲ ਮਿਲ ਲਾ ਅਤੇ ਜੇ ਠੀਕ ਲੱਗਿਆ ਇਹਨਾਂ ਕੋਲ ਅਪਲਾਈ ਕਰ ਦੀ। ਅਤੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਗੱਲ ਕੀਤੀ ਅਤੇ ਗੱਲ ਕਰਨ 'ਤੇ ਇਹਨਾਂ ਨਾਲ ਮੈਨੂੰ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਮੈਨੂੰ ਗਾਈਡ ਕੀਤਾ। ਅਤੇ ਉਸ ਤੋਂ ਬਾਅਦ ਫਾਈਨਲੀ ਮੈਂ ਆਪਣੀ ਫਾਈਲ ਇੱਥੋਂ ਆਫਰ ਲੈਟਰ ਇੱਥੋਂ ਅਪਲਾਈ ਕੀਤਾ ਅਤੇ ਵਿਦਇਨ 10 ਡੇਜ਼ ਮੇਰਾ ਆਫਰ ਲੈਟਰ ਆ ਗਿਆ। ਉਸ ਤੋਂ ਬਾਅਦ ਸਟੈਪ ਬਾਏ ਸਟੈਪ ਮੇਰੀ ਫਾਈਲ ਪ੍ਰੋਸੈਸਿੰਗ ਚੱਲਦੀ ਰਹੀ ਅਤੇ ਫਾਈਨਲੀ ਮੇਰੀ ਫਾਈਲ ਸਬਮਿਟ ਹੋਣ ਤੋਂ ਬਾਅਦ ਵਿਦਇਨ 10 ਡੇਜ਼ ਮੇਰਾ ਅੰਬੈਸੀ ਵੱਲੋਂ ਰਿਵਰਟ ਆ ਗਿਆ ਉਹਨਾਂ ਨੇ। ਉਸ ਤੋਂ ਬਾਅਦ ਮੈਡੀਕਲ ਡਿਪੋਜ਼ਿਟ ਕਰਾਉਣ ਤੋਂ ਬਾਅਦ ਵਿਦਇਨ 10 ਡੇਜ਼ ਮੇਰਾ ਵੀਜ਼ਾ ਆ ਗਿਆ ਅਤੇ ਫਾਈਨਲੀ ਇਹ ਮੇਰਾ ਵੀਜ਼ਾ। ਅਤੇ ਮੈਂ ਬਹੁਤ ਹੈਪੀ ਹਾਂ ਅਤੇ ਮੈਂ ਸਟੂਡੈਂਟਸ ਨੂੰ ਇਹ ਰਿਕਮੈਂਡ ਕਰਾਂਗਾ ਵੀ ਜਿਸਦਾ ਵੀ ਬਾਹਰ ਜਾਣ ਦਾ ਪਲੈਨ ਹੈ ਅਤੇ ਉਹ ਸੈਟਲਿੰਗ ਐਬਰੋਡ ਸਰਵਿਸ ਨਾਲ ਇੱਕ ਵਾਰ ਜ਼ਰੂਰ ਗੱਲ ਕਰੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਦੀਪ ਸਿੰਘ ਹੈ, ਮੈਂ ਮਾਨਸਾ ਦਾ ਰਹਿਣ ਵਾਲਾ ਅਤੇ ਮੈਂ ਆਪਣੀ +2 2016 ਦੇ ਵਿੱਚ ਕੰਪਲੀਟ ਕੀਤੀ ਸੀ ਨੋਨ ਮੈਡੀਕਲ ਸਟਰੀਮ ਦੇ ਨਾਲ। ਅਤੇ ਉਸ ਤੋਂ ਬਾਅਦ ਮੇਰਾ ਬਾਹਰ ਜਾਣ ਦਾ ਵਿਚਾਰ ਬਣਿਆ ਅਤੇ ਜਿਹਦੇ ਲਈ ਆਹ ਸੀ ਇੱਕ
ਅਤੇ ਉਦੋਂ ਬਾਅਦ ਮੈਂ ਬਰੀ ਸੀ ਵੀ ਮੈਂ ਆਪਣੀ ਫਾਈਲ ਕਿੱਥੋਂ ਦੀ ਕਿਵੇਂ ਸਬਮਿਟ ਕਰਾਂ। ਮੈਂ ਬਹੁਤ ਸਾਰੀਆਂ ਟੀ ਵੀ 'ਤੇ ਐਡਸ ਵੇਖਦਾ ਸੀ। ਇੱਕ ਦਿਨ ਮੈਂ ਸੈਟਲਿੰਗ ਅਬਰੋਡ ਸਰਵਿਸ ਦੀ ਐਡ ਦੇਖੀ ਅਤੇ ਮੇਰੇ ਡੈਡ ਨੇ ਮੈਨੂੰ ਸੁਜੈਸਟ ਕੀਤਾ ਵੀ ਇੱਕ ਵਾਰ ਇਹਨਾਂ ਨਾਲ ਮਿਲ ਲਾ ਅਤੇ ਜੇ ਠੀਕ ਲੱਗਿਆ ਇਹਨਾਂ ਕੋਲ ਅਪਲਾਈ ਕਰ ਦੀ। ਅਤੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਗੱਲ ਕੀਤੀ ਅਤੇ ਗੱਲ ਕਰਨ ਦੇ ਇਹਨਾਂ ਨਾਲ ਮੈਨੂੰ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਮੈਨੂੰ ਗਾਈਡ ਕੀਤਾ। ਅਤੇ ਉਸ ਤੋਂ ਬਾਅਦ ਫਾਈਨਲੀ ਮੈਂ ਆਪਣੀ ਫਾਈਲ ਇੱਥੋਂ ਆਫਰ ਲੈਟਰ ਤੋਂ ਅਪਲਾਈ ਕੀਤਾ ਅਤੇ ਵਿਦਇਨ 10 ਡੇਜ਼ ਮੇਰਾ ਆਫਰ ਲੈਟਰ ਆ ਗਿਆ। ਉਸ ਤੋਂ ਬਾਅਦ ਸਟੈਪ ਬਾਏ ਸਟੈਪ ਮੇਰੀ ਫਾਈਲ ਪ੍ਰੋਸੈਸਿੰਗ ਚੱਲਦੀ ਰਹੀ ਅਤੇ ਫਾਈਨਲੀ ਮੇਰੀ ਫਾਈਲ ਸਬਮਿਟ ਹੋਣ ਤੋਂ ਬਾਅਦ ਵਿਦਇਨ 10 ਡੇਜ਼ ਮੇਰਾ ਅੰਬੈਸੀ ਵੱਲੋਂ ਰਿਵਰਟ ਆ ਗਿਆ ਉਹਨਾਂ ਨੇ। ਉਸ ਤੋਂ ਬਾਅਦ ਮੈਡੀਕਲ ਡਿਪੋਜ਼ਿਟ ਕਰਾਉਣ ਤੋਂ ਬਾਅਦ ਵਿਦਇਨ 10 ਡੇਜ਼ ਮੇਰਾ ਵੀਜ਼ਾ ਆ ਗਿਆ ਅਤੇ ਫਾਈਨਲੀ ਇਹ ਮੇਰਾ ਵੀਜ਼ਾ। ਅਤੇ ਮੈਂ ਬਹੁਤ ਹੈਪੀ ਹਾਂ ਅਤੇ ਮੈਂ ਸਟੂਡੈਂਟਸ ਨੂੰ ਇਹ ਰਿਕਮੈਂਡ ਕਰਾਂਗਾ ਵੀ ਜਿਸਦਾ ਵੀ ਬਾਹਰ ਜਾਣ ਦਾ ਪਲੈਨ ਹੈ ਅਤੇ ਉਹ ਸੈਟਲਿੰਗ ਅਬਰੋਡ ਸਰਵਿਸ ਨਾਲ ਇੱਕ ਵਾਰ ਜ਼ਰੂਰ ਗੱਲ ਕਰੇ।